ਉਹ ਮੰਨ ਲੈਂਦੇ ਕਿ ਉਹ ਵੀ ਸਾਬ ਗਿਆ ਯੂ ਕੈਪਚਰ ਆਏਗਾ ਮੇਰੇ ਖਿਆਲ ਸੇ everyone i welcome you all to launchpad education punjab swagat hai tode saryanda to the mcq series and i welcome you all ki hal chal ni ji saryanda how are you hai na i assume ki hal chal kuch khas badhiya nahi honge since ppsb di bahut khabran aa rahi hain hai na ppsb apna shameless board bahut zyada news de vich hai anyhow ਸੋ ਇਹ ਗੱਲਾਂ ਬਾਤਾਂ ਆਪਾਂ 6 ਵਜੇ ਇੱਕ ਛੋਟੀ ਜੀ ਕਲਾਸ ਦੇਦੀ ਹੈ ਉੱਥੇ ਲਾਵਾਂਗੇ ਤੇ ਉੱਥੇ ਜ਼ਰੂਰ ਆਪਾਂ ਇਹ ਗੱਲ ਜਿਹੜੀ ਹੈ ਅੱਜ ਦੀ ਉਹ ਕਰਾਂਗੇ ਮੀਨ ਵਾਈਲ ਸੈਸ਼ਨ ਨੂੰ ਸਾਰੇ ਜਣੇ ਸ਼ੇਅਰ ਕਰ ਦਿਓ ਇੱਕ ਵਾਰ ਗੁੱਡ ਈਵਨਿੰਗ एवरीवन ਇੱਕ ਵਾਰ ਫੜਾਫੜ ਸੈਸ਼ਨ ਨੂੰ ਜਿਹੜਾ ਹੈ ਸ਼ੇਅਰ ਕਰ ਦਿਓ ਮੈਕਸਿਮਮ ਪਲੇਸਸ ਤੇ ਤਾਂ ਕਿ ਸਟੂਡੈਂਟਸ ਜਿਹੜੇ ਹੈ ਜੁਆਇਨ ਇਨ ਕਰਨ ਵੈਰੀ ਗੁੱਡ ਈਵਨਿੰਗ ਜੀ एवरीवन ਹਾਊ ਆਰ ਯੂ ਐਬਸੋਲੂਟਲੀ ਆਈ نو ਨਾਟ ਗੁੱਡ ਆਈ ऍम ऑल्सो ਨਾਟ ਗੁੱਡ ਰਾਈਟ ਪੀ ਟ੍ਰਿਪਲ ਐਸ ਵੀ ਇਜ਼ ਅ ਧੋਖੇਬਾਜ਼ ਬੋਰਡ ਹੈ ਨਾ ਜੋ ਬੱਚਿਆਂ ਦੇ ਕੈਰੀਅਰ ਦੇ ਨਾਲ ਬੱਚਿਆਂ ਦੀ ਮਿਹਨਤ ਦੇ ਨਾਲ ਟੀਚਰਸ ਦੀ ਮਿਹਨਤ ਦੇ ਨਾਲ ਖੇਡਦਾ ਹੈ ਹੈਨਾ ਸੋ ਡੈਫੀਨੇਟਲੀ ਪੀ ਟ੍ਰਿਪਲ ਐਸ ਬੀ ਸ਼ੁੱਡ ਗੈਟ ਅ ਲੋਟ ਆਫ ਬੈਸ਼ਿੰਗ ਫॉर ਜੋ ਸਿਸਟਮ ਜਿਹੜਾ ਹੈ ਜੀ ਜਿਸ ਸਿਸਟਮ ਦੇ ਅੰਡਰ 에 ਕਲਾਸਸ ਆਪਣੇ ਐਗਜ਼ਾਮਸ ਜਿਹੜੇ ਉਹਨੂੰ ਪੋਸਟਪੋਨ ਕਰਦੇ ਹੈ ਐਨੀਹਾਊ ਆਪਾਂ 6 ਵਜੇ ਇਸ ਬਾਰੇ ਗੱਲ ਕਰਾਂਗੇ ਰਾਈਟ ਅ ਲੈਟਸ ਜਸਟ ਨਾਟ ਡਿਸਟਰੈਕਟ ਆਵਰ 셀ਵਸ ਰਾਈਟ ਸੋ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਕੁਝ ਇਨਫੋਰਮੇਸ਼ਨ ਦੇ ਦਾਂ ਕਿ 60% ਆਫ ਲਾਂਚ ਪੈਡ ਦੇ ਟੈਸਟ ਸੀਰੀਜ਼ ਐਂਡ ਕੋਰਸਸ ਦੇ ਉੱਤੇ ਹੈ ਐਂਡ ਇਹਦੇ ਵਾਸਤੇ ਤੁਸੀਂ ਡਿਸਕਾਊਂਟ ਕੋਡ ਯੂਜ਼ ਕਰਨਾ ਹੈ ਐਲ ਪੀ ਨਿਕਿਤਾ ਤਾਂ ਕਿ ਤੁਹਾਨੂੰ ਡਿਸਕਾਊਂਟ ਜਿਹੜਾ ਹੈ ਜੀ ਮਿਲ ਜਾਏ ਸਾਡੀ ਵੈਬਸਾਈਟ launchpadeducation.in ਤੇ ਜਾ ਕੇ ਸੋ ਜਿਹੜੇ ਵੀ ਸਟੂਡੈਂਟਸ ਆ ਐਗਜ਼ਾਮਸ ਜਿਹੜੇ ਹੈ ਉਹ ਕੰਡਕਟ ਕਰਾਏ ਜਾਣਗੇ ਐਂਡ ਉਹਨਾਂ ਵਾਸਤੇ ਉਹਨਾਂ ਨੇ ਤਿਆਰੀ ਜਿਹੜੀ ਹੈ ਉਹ ਕਰਨੀ ਹੈ ਤਾਂ ਉਹ ਟੈਸਟ ਸੀਰੀਜ਼ ਐਂਡ ਕੋਰਸਸ ਜਿਹੜੇ ਹਨ ਉਹਨਾਂ ਨੂੰ ਲੈ ਸਕਦੇ ਹੈ ਰਾਈਟ ਅ ਗੁੱਡ ਈਵਨਿੰਗ ਮਨੀਸ਼ ਜੀ ਹੈਲੋ ਆਮ ਗੁੱਡ ਹਾਊ ਆਰ ਯੂ ਤੁਸੀਂ ਸੁਣਾਓ ਕਿਵੇਂ ਹੋ ਬਾਕੀ ਸਭ ਗੱਲਾਂ ਠੀਕ ਨੇ ਬਸ ਦੋ ਕੰਮ ਮਾੜੇ ਹੈ ਇੱਕ ਤਾਂ ਠੰਡ ਤੇ ਦੂਜਾ ਸਾਡਾ ਪੀ ਟ੍ਰਿਪਲ ਐਸ ਬੀ ਬੋਰਡ ਹੈ ਨਾ ਦੋ ਚੀਜ਼ਾਂ ਮਾੜੀਆਂ ਨੇ ਬਸ ਬਾਕੀ ਸਭ ਠੀਕ ਹੈ ਇੱਕ ਵਾਰ ਸੈਸ਼ਨ ਨੂੰ ਸ਼ੇਅਰ ਕਰ ਦਿਓ ਜੀ ਸਾਰੇ ਜਾਣੇ ਥੈਨ ਪੀਸੀਐਸ ਦੇ ਆਨਲਾਈਨ ਐਸ ਵੈਲ ਐਸ ਆਫਲਾਈਨ ਕੋਰਸ ਹੁੰਦੇ ਐਸੇ ਕਰਕੇ ਅਪਾ ਪੀਸੀਐਸ ਨੂੰ ਬੜਾ ਸੁਜੈਸਟ ਕਰਦੇ ਆ ਪੀਸੀਐਸ ਨੂੰ ਲੈਣ ਵਾਲਾ ਬੋਰਡ ਜਿਹੜਾ ਹੈ ਜੀ ਪੀਪੀਐਸਸੀ ਬੜਾ ਹੀ ਰਿਸਪੌਂਸਿਬਲ ਬੋਰਡ ਹੈ ਜੋ ਡੈਫੀਨਿਟਲੀ ਐਗਜ਼ਾਮਸ ਜਿਹੜੇ ਹੈ ਉਹਨੂੰ ਕੰਡਕਟ ਕਰਦਾ ਹੈ ਟਾਈਮਲੀ ਦੂਸਰਾ ਟਾਈਮਲੀ ਐਗਜ਼ਾਮ ਕੰਡਕਟ ਕਰਨ ਤੋਂ ਬਾਅ ਸੋ ਰਾਦਰਦਨ ਅਸੀਂ ਐਸਏਪੀ ਟ੍ਰਿਪਲ ਐਸਬੀ ਦੇ ਇਗਜ਼ਾਮਸ ਜਾਈਏ ਜੋ बार-बार बार-बार ਪੋਸਟਪੋਨ ਹੁੰਦੇ ਸਾਨੂੰ ਮੋਰ ਰਿਲਾਈਅਬਲ ਇਗਜ਼ਾਮ ਵਾਸਤੇ ਜਾਣਾ ਚਾਹੀਦਾ ਹੈ ਫਾਰ ਇਗਜ਼ੈਂਪਲ ਪੀਸੀਐਸ ਹੈਨਾ ਸੋ ਪੀਸੀਐਸ ਵਿੱਚ 10000 ਆਫ ਹੈ ਅ ਡੈਮੋ ਕਲਾਸਿਸ ਤੁਸੀਂ ਅਟੈਂਡ ਕਰ ਸਕਦੇ ਹੋ ਕੋਡ ਲਗਾ ਸਕਦੇ ਹੋ ਐਲਪੀ ਨਿਕਤਾ ਫॉर योर स्पेशल ਡਿਸਕਾਊਂਟਸ ਫਰਦਰ 무ਵਿੰਗ ਔਨ ਅ ਐਨਸੀਆਰਟੀ ਦਾ ਬੈਚ ਵਿਦ ਇਫੈਕਟ ਫਰਮ 15th ਆਫ ਡਿਸੰਬਰ ਆਲਰੇਡੀ ਸਟਾਰਟ ਹੋ ਚੁੱਕਾ ਹੈ ਥੈਂਕ ਯੂ ਸੋ ਮਚ ਜੀ ਸੋ YouTube ਤੇ ਦੀ ਕਲਾਸਿਸ ਜਿਹੜੀਆਂ ਹੈ ਜੀ ਲਾਈਵ ਹੁੰਦੀਆਂ ਹੈ ਮੰਡੇ ਟੂ ਫਰਡੇ 8 ਟੂ 9 ਪੀਐਮ ਸੋ ਤੁਸੀਂ ਟਿਊਨਡ ਰਿਆ ਕਰੋ ਸੈਸ਼ਨਸ ਨੂੰ ਅਟੈਂਡ ਕਰਿਆ ਕਰੋ ਮੂਵਿੰਗ ਔਨ ਟੂ ਦ ਵੈਰੀ ਫਰਸਟ ਕੁਐਸਚਨ ਫਾਰ ਦ ਡੇ ਮੇਕ ਸ਼ੋਰ ਟੂ ਲਾਈਕ ਦ ਸੈਸ਼ਨ ਸਬਸਕ੍ਰਾਈਬ ਟੂ ਦ ਚੈਨਲ ਸੈਸ਼ਨ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਟੂਡੈਂਟਸ ਜਿਹੜੇ ਹੈ ਉਹ ਜੁਆਇਨ ਇਨ ਕਰਨ ਠੀਕ ਹੈ ਫਿਰ ਆਪਾਂ ਸੈਸ਼ਨ ਜਿਹੜਾ ਹੈ ਉਹਨੂੰ ਸਟਾਰਟ ਕਰਦੇ ਹਾਂ ਰਾਈਟ ਪਹਿਲਾ ਕੁਐਸਚਨ ਆਪਣੇ ਕੋਲ ਕਿਹੜਾ ਆ ਰਿਹਾ ਹੈ ਆਰਟੀਕਲ 36 ਟੂ 51 इंडियन कॉन्स्टिट्यूशन ਦਾ ਹੈ ਜਿਹੜਾ ਉਹ ਕਿਸ ਇਹਨਾਂ ਵਿੱਚੋਂ ਕਿਹੜੀ ਚੀਜ਼ ਦੇ ਨਾਲ ਡੀਲ ਕਰਦਾ ਹੈ অপਸ਼ਨ ਦੇਖੀਏ ਕਿ ਆਪਨੇ ਕੋਲ ਫੰਡਮੈਂਟਲ ਰਾਈਟਸ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਡੀ ਪੀ ਐਸ ਪੀ ਸੀ ਮੇਰੇ ਕੋਲ ਆ ਰਿਹਾ ਹੈ ਫੰਡਮੈਂਟਲ ਡਿਊਟੀਆਂ ਐਂਡ ਲਾਸਟ ਆ ਰਿਹਾ ਹੈ ਯੂਨੀਅਨ ਐਗਜ਼ੀਕਟਿਵ ਹਾਂ ਬਿਲਕੁਲ ਅਸੀਂ ਕੁਝ ਕਰ ਨਹੀਂ ਸਕਦੇ ਡੈਫੀਨੇਟਲੀ ਬਟ ਵੀ ਕੈਨ ਡੈਫੀਨੇਟਲੀ ਕ੍ਰਿਟਿਸਾਈਜ਼ pc uh, ppsb for this hai na and definitely criticism banda hai theek hai so kya answer hai ji article 36 to 51 jada hai ji dpsp directive principles of state policy de naal deal karda hai okay hun kuch value addition de questions da de, de, answer dena right to education jada hai oh uh, jadon add kita gaya si ga sade indian constitution de vich 86th constitutional amendment de under ਤਾਂ ਉਸ ਵਕਤ DPSP ਦੇ ਵਿੱਚ ਵੀ ਇੱਕ ਜਿਹੜੀ ਚੀਜ਼ ਹੈ ਉਹਨੂੰ ਐਡ ਕੀਤੀ ਗਈ ਸੀ ਇਹ ਸਟੇਟ ਦੇ ਵੀ ਰਿਸਪੌਂਸਿਬਿਲਟੀ ਬਣਾ ਦਿੱਤੀ ਸੀ ਕਿ ਉਹਨਾਂ ਨੇ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਜਿਹੜੀ ਹੈ ਪ੍ਰੋਵਾਈਡ ਕਰਨੀ ਹੈ ਹੈਨਾ DPSP ਦਾ ਕਿਹੜਾ ਆਰਟੀਕਲ ਜਿਹੜਾ ਹੈ ਉਹ ਇਸ ਐਜੂਕੇਸ਼ਨ ਵਾਲੇ ਹਿੱਸੇ ਦੇ ਨਾਲ ਡੀਲ ਕਰਦਾ ਹੈ ਗੋ ਆਨ ਫਟਾਫਟ ਆਨਸਰ ਦੇਣਾ ਹੈ DPSP ਦਾ ਕਿਹੜਾ ਆਰਟੀਕਲ ਜਿਹੜਾ ਹੈ ਉਹ ਇਸ ਐਜੂਕੇਸ਼ਨ ਵਾਲੇ ਹਿੱਸੇ ਦੇ ਨਾਲ ਐਜੂਕੇਸ਼ਨ ਵਾਲੀ ਕਹਾਣੀ ਦੇ ਨਾਲ ਡੀਲ ਕਰਦਾ ਹੈ ਰਾਈਟ ਸਾਰੇ ਵੈਲਿਊ ਐਡੀਸ਼ਨ ਦੇ ਕੁਐਸਚਨ ਦੇ ਆਨਸਰ ਦੇਨੇ ਹੈ ਇਟ ਇਜ਼ ਆਲਸੋ ਟੇਕਨ ਫ্রম ਆਇਰਲੈਂਡ ਗੁੱਡ ਸੁਨੀਲ ਮੁਨੀਸ਼ ਮਨਿੰਦਰ ਜਾਗਦੇ ਰਹੋ ਸੈਸ਼ਨ ਦੇ ਵਿੱਚ ਠੀਕ ਹੈ ਅਵੇਅਰ ਰਹੋ ਤੇ ਥੋੜਾ ਜਿਹਾ ਸੈਸ਼ਨ ਨੂੰ ਵੈਲਿਊ ਐਡੀਸ਼ਨ ਕਰੋ ਠੀਕ ਹੈ ਤਾਂ ਹੀ ਇਹਨਾਂ ਕਲਾਸਸ ਦਾ ਜਿਹੜਾ ਹੈ ਆਪਣੇ ਕੋਲ ਫਾਇਦਾ ਰਹੇਗਾ ਨੈਕਸਟ ਸਵਾਲ ਦੇਖੋ ਕੀ ਆ ਰਿਹਾ ਹੈ ਆਪਣੇ ਕੋਲ ਅਗਲਾ ਕੁਐਸਚਨ ਥੈ ਡਾਕਟਰਾਈਨ ਆਫ ਹਾਰਮੋਨੀਅਸ ਕੰਸਟਰਕਸ਼ਨ ਵਾਸ ਪ੍ਰੋਪਾਉਂਡਡ ਬਾਈ ਦਾ ਸੁਪਰੀਮ ਕੋਰਟ ਇਨ ਵਿਚ ਆਫ ਦਾ ਫੋਲੋਇੰਗ ਕੇਸਸ ਉਹ ਕਹਿੰਦੇ ਆ ਸੁਪਰੀਮ ਕੋਰਟ ਨੇ ਹਾਰਮੋਨੀਅਸ ਕੰਸਟਰਕਸ਼ਨ ਦਾ ਡਾਕਟ੍ਰਾਈਨ ਜਿਹੜਾ ਹੈ ਉਹ ਕਿਸ ਕੇਸ ਦੇ ਵਿੱਚ ਪ੍ਰੋਪਾਉਂਡ ਕੀਤਾ ਸੀ ਡਿਵੈਲਪ ਕੀਤਾ ਸੀ ਬਿਲਕੁਲ ਫੰਡਾਮੈਂਟਲ ਡਿਊਟੀ ਦੇ ਵਿੱਚ ਐਡ ਕੀਤਾ ਗਿਆ ਸੀ 51 ਏ ਠੀਕ ਹੈ ਸੋ ਕੇਰਲਾ ਐਜੂਕੇਸ਼ਨ ਬਿਲ ਕੇਸ वेंकटरामन वर्सेस स्टेट ऑफ मद्रास केस गोलकनाथ वर्सेस औरस गोलकनाथ एंड औरस वर्सेस स्टेट ऑफ पंजाब केस केशव नंदा भारती केस वर्सेस स्टेट ऑफ केरला गो ऑन डॉक्ट्राइन ऑफ हार्मोनियस कंस्ट्रक्शन सुप्रीम कोर्ट ने ਇਹਨਾਂ ਵਿੱਚੋਂ ਕਿਹੜੇ ਕੇਸ ਦੇ ਵਿੱਚ ਜਿਹੜਾ ਹੈ ਜੀ ਉਹਨੂੰ ਪ੍ਰਪਾਉਂਡ ਕੀਤਾ ਸੀ ਕਿਹੜੇ ਕੇਸ ਦੇ ਵਿੱਚ ਉਹਨੂੰ ਇਸਟੈਬਲਿਸ਼ ਕੀਤਾ ਸੀ ਠੀਕ ਹੈ ਆਨਸਰ ਆਨੇ ਚਾਹੀਦੇ ਹੈ ਸਾਰਿਆਂ ਦੇ ਫਾਈਨ गो ऑन ਜਲਦੀ ਜਲਦੀ ਥੋੜਾ ਜਿਹਾ ਜਾਗਦੇ ਰਹੋ ਸੈਸ਼ਨ ਦੇ ਵਿੱਚ ਠੀਕ ਹੈ ਕੀ ਹੈ ਜੀ கரੈਕਟ ਆਨਸਰ ਇੱਕ ਵਾਰ ਸੈਸ਼ਨ ਨੂੰ ਸ਼ੇਅਰ ਕਰ ਦੇਣ ਸਾਰੇ ਸਟੂਡੈਂਟਸ ਇਨੀ ਕੋ ਮੇਰੀ ਰਿਕੁਐਸਟ ਹੈ ਆਨਸਰ ਹੈ A ਇਟ ਇਜ਼ ਕੇਰਲਾ এডਿਕੇਸ਼ਨ ਬਿਲ ਕੇਸ ਠੀਕ ਹੈ ਇਸ ਕੇਸ ਦੇ ਅੰਡਰ ਨੋ ਆਨਸਰ 3 ਨਹੀਂ ਹੈ ਕੇਰਲਾ এডਿਕੇਸ਼ਨ ਬਿਲ ਕੇਸ ਦੇ ਅੰਡਰ ਡਾਕਟਰੀਨ ਆਫ ਹਾਰਮੋਨੀਅਸ ਕੰਸਟਰਕਸ਼ਨ ਜਿਹੜਾ ਹੈ ਜੀ ਉਹਨੂੰ ਇਸਟੈਬਲਿਸ਼ ਕੀਤਾ ਗਿਆ ਸੀ ਬਾਏ ਦ ਸੁਪਰੀਮ ਕੋਰਟ ਦਨ ਚਲিয়ে ਨੈਕਸਟ ਕੁਐਸਚਨ ਤੇ ਆਈ ਹੋਪ ਕਿ ਕਿਸ ਨੂੰ ਕੋਈ ਡਾਊਟਸ ਨਹੀਂ ਹੈ ਇੱਕ ਵਾਰ ਸੈਸ਼ਨ ਨੂੰ ਸ਼ੇਅਰ ਕਰ ਦਿਓ ਰਾਈਟ ਸੈਸ਼ਨ ਤੇ ਲਾਈਕ ਦਾ ਬਟਨ ਦਬਨਾ ਨਹੀਂ ਭੁੱਲਣਾ ਰਾਈਟ ਚਲੋ ਨੈਕਸਟ ਸਵਾਲ ਤੇ ਚਲੀਏ ਓਕੇ ਅਗਲਾ ਸਵਾਲ ਆਪਣੇ ਕੋਲ ਆ ਰਿਹਾ ਹੈ ਅ ਵਿਚ ਆਫ ਦਾ ਫੋਲੋਇੰਗ ਆਰ ਦਾ ਫੰਡਮੈਂਟਲ ਡਿਊਟੀਆਂ ਇਨਾਂ ਵਿੱਚੋਂ ਕਿਹੜੀ ਡਿਊਟੀ ਜਿਹੜੀ ਹੈ ਜੀ ਉਹ ਫੰਡਮੈਂਟਲ ਡਿਊਟੀ ਹੈ ਸੇਫਗਾਰਡਿੰਗ ਦਾ ਪਬਲਿਕ ਪ੍ਰੋਪਰਟੀ ਪਬਲਿਕ ਪ੍ਰੋਪਰਟੀ ਨੂੰ ਸੇਫਗਾਰਡ ਕਰਨਾ ਪ੍ਰੋਟੈਕਟਿੰਗ ਦਾ ਸੋਵਰੇਨਿਟੀ ਇੰਟੀਗ੍ਰਿਟੀ ਐਂਡ ਯੂਨਿਟੀ ਆਫ ਇੰਡੀਆ 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 ਦੀ ਸੋਵਰੇਨਿਟੀ ਇੰਟੀਗ੍ਰਿਟੀ ਤੇ ਯੂਨਿਟੀ ਨੂੰ ਪ੍ਰੋਟੈਕਟ ਕਰਨਾ ਸਾਇੰਟਿਫਿਕ ਟੈਂਪਰ ਐਂਡ ਹਿਊਮਨਿਜ਼ਮ ਜਿਹੜਾ ਹੈ ਉਹਨੂੰ ਡਿਵੈਲਪ ਕਰਨਾ ਐਂਡ ਲਾਸਟ ਆ ਰਿਹਾ ਹੈ 올 ਆਫ ਦਾ ਅਬਵ ਸਾਰੇ ਹੀ ਗੋ ਆਨ ਫੰਡਾਮੈਂਟਲ ਡਿਊਟੀਆਂ ਇਹਨਾਂ ਵਿੱਚੋਂ ਕਿਹੜੀਆਂ ਹੈ ਟੌਪਰ ਸੇਜ਼ ਇਟ ਇਜ਼ ਡੀ 올 ਆਫ ਦਾ ਅਬਵ ਸਾਰੀਆਂ ਹੀ ਫੰਡਾਮੈਂਟਲ ਡਿਊਟੀਆਂ ਹੈ ਸ਼ੋਰ ਦੇਖ ਲਓ ਗਲਤੀ ਨਾ ਹੋ ਜਾਵੇ ਕਿਤੇ ऑल ऑफ द अबव आंसर आ रहा है आंसर बिल्कुल डी है फंडामेंटल ड्यूटीज अच्छा फंडामेंटल ड्यूटीज जड़ियां है वो केड़े कॉन्स्टिट्यूशन तो बोरो कीतीया गइयां है फंडामेंटल ड्यूटीज नु केड़े देश दे कॉन्स्टिट्यूशन तो बोरो कीता गया है फटाफट आंसर्स दियो लेट अस सी हु गिव्स द आंसर फर्स्ट फंडामेंटल ड्यूटीज हैव बीन बोरोड फ्रॉम मूविंग ऑन टू द नेक्स्ट क्वेश्चन चल ना आई होप किसी नु कोई आपत्ति नहीं है है ना ਚਲਿਏ ਫਾਈਨ ਸੈਸ਼ਨ ਦੇ ਵਿੱਚ ਸਾਰੇ ਉਦਾਸ ਜਿਹੇ ਲੱਗ ਰਹੇ ਨੇ ਅੱਜ ਕੀ ਚੱਕਰ ਪੈ ਗਿਆ ਹੈਨਾ ਆਈ نو ਜੈਨੂਇਨ ਕਾਰਨ ਹੈ ਸਾਡੇ ਕੋਲ ਲੇਕਿਨ ਥੋੜਾ ਜਿਹਾ ਹੱਸ ਕੇ ਵਖਾ ਦਿਓ ਠੀਕ ਹੈ ਟੈਨਸ਼ਨ ਨਹੀਂ ਲੈਣੀ एवरीथिंग विल ਫਾਲ ਇਨਟੂ ਰਾਈਟ ਪਲੇਸ ਫਾਈਨ ਟੈਨਸ਼ਨ ਲੈਣ ਦੀ ਕੋਈ ਚੱਕਰ ਨਹੀਂ ਹੈ ਚੱਲਾ ਨੈਕਸਟਵਾਲ ਤੇ ਠੀਕੋ ਓਕੇ ਗੁੱਡ ਅਗਲਾ ਸਵਾਲ ਦੇਖੋ ਵਿਚ ਆਫ ਦਾ ਫੋਲੋਇੰਗ ਆਰਟੀਕਲਸ ਆਫ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਹੈ ਉਹਦੇ ਵਿੱਚ ਰਾਈਟ ਟੂ ਰਿਲੀਜੀਅਸ ਫਰੀडम ਦੀ ਗੱਲ ਕੀਤੀ ਗਈ ਹੈ ਰਾਈਟ ਟੂ ਰਿਲੀਜੀਅਸ ਫਰੀडम ਜਿਹੜਾ ਹੈ ਇੰਡੀਅਨ ਕਨਸਟੀਟਿਊਸ਼ਨ ਦੇ ਕਿਹੜੇ ਆਰਟੀਕਲ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਆਰਟੀਕਲ 25 ਟੂ 28 29 ਟੂ 30 32 to 35 and 23 to 24 go on right to religious ਫਰੀडम ਹੈ ਨਾ ਜਿੰਦੇ ਅੰਦਰ ਲੋਕਾਂ ਕੋਲ ਅੰਡਰ ਲੋਕਾਂ ਕੋਲ ਕਾਫੀ ਸਾਰੇ ਫਰੀडम ਹੈ ਇਹਦੇ ਅੰਡਰ ਆਪਾਂ ਆਪਣੀ ਫਰੀडम ਰਿਲੀਜੀਅਨ ਜਿਹੜਾ ਹੈ ਉਹਨੂੰ ਪ੍ਰੋਪਗੇਟ ਕਰ ਸਕਦੇ ਹਾਂ ਰਿਲੀਜੀਅਸ ਇੰਸਟੀਟਿਊਟਸ ਜਿਹੜੇ ਹੈ ਉਹਨਾਂ ਨੂੰ ਵੀ ਸਟੈਬਲਿਸ਼ ਕਰ ਸਕਦੇ ਹਾਂ ਸੋ ਬੜਾ ਸਿੰਪਲ ਜਵਾਬ ਹੈ ਆਰਟੀਕਲ 25 ਤੋਂ 28 25 ਤੋਂ 28 ਜਿਹੜਾ ਹੈ ਉਹ ਮੈਨੂੰ ਰਾਈਟ ਟੂ ਰਿਲੀਜੀਅਨ ਜਿਹੜਾ ਹੈ ਪ੍ਰੋਵਾਈਡ ਕਰਦਾ ਹੈ ਅਸੀਂ ਪ੍ਰੋਪਗੇਟ ਕਰ ਸਕਦੇ ਹਾਂ ਐਂਡ ਸਭ ਤੋਂ ਇੰਪੋਰਟੈਂਟ ਪਾਰਟ ਰਿਲੀਜੀਅਸ ਇੰਸਟੀਟਿਊਟਸ ਜਿਹੜੇ ਹੈ ਜੀ ਉਹਨਾਂ ਨੂੰ ਸਟੈਬਲਿਸ਼ ਕੀਤਾ ਜਾ ਸਕਦਾ ਹੈ ਆਪਣੇ ਰਿਲੀਜੀਅਨ ਨੂੰ ਪ੍ਰੋਪਗੇਟ ਕਰਨ ਦੇ ਲਈ ਡਨ ਚੱਲਾ ਨੈਕਸਟ ਕੁਐਸਚਨ ਤੇ ਫਾਈਨ ਐਡਿਟਡ ਬਾ 42 ਕਨਸਟੀਟਿਊਸ਼ਨਲ ਅਮੈਂਡਮੈਂਟ ਅੱਛਾ ਪਿਛਲੇ ਕੁਐਸਚਨ ਦਾ ਦੱਸ ਰਹੇ ਹੋ ਫਾਈਨ ਅ ਵਿਚ ਆਰਟੀਕਲ ਆਫ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਹੈ ਅਨਟੱਚਬਿਲਿਟੀ ਨੂੰ ਐਬੋਲਿਸ਼ ਕਰਦਾ ਹੈ ਅਨਟੱਚਬਿਲਿਟੀ ਨੂੰ ਐਬੋਲਿਸ਼ ਕਰਦਾ ਹੈ ਕਿਹੜਾ ਆਰਟੀਕਲ ਆਰਟੀਕਲ 18 ਆਰਟੀਕਲ 15 ਆਰਟੀਕਲ 14 ਐਂਡ ਆਰਟੀਕਲ 17 ਮੇਕ ਸ਼ੋਰ ਕਿ ਤੁਹਾਨੂੰ ਇਹ ਸਾਰੇ ਆਰਟੀਕਲ ਜਿਹੜੇ ਹੈ ਉਹ ਚੰਗੀ ਤਰ੍ਹਾਂ ਪਤਾ ਹੋਣ ਕਿਹੜਾ ਆਰਟੀਕਲ ਕਿਹਦੇ ਨਾਲ ਰਿਲੇਟਡ ਹੈ ਬੈਸਟ ਮੋਟੀਵੇਸ਼ਨਲ ਟੀਚਰ ਹੋਹ ਗੁਨੀਸ਼ ਦੈਟਸ ਕੁਆਇਟ ਅ ਕਮੈਂਟ ਆਈ ਬਿਲੀਵ ਯਰ ਇਹ ਸਾਰੀਆਂ ਚੀਜ਼ਾਂ ਦੇਖੋ ਹੁੰਦੀਆਂ ਰਹਿੰਦੀਆਂ ਆਫ ਕੌਰਸ ਬੋਰਡ ਦੇ ਪੀਟੂਬਲੈਸ ਵੀ ਬੋਰਡ ਦੇ ਲੈਵਲ ਤੇ ਬਹੁਤ ਮਾੜੀ ਗੱਲ ਹੈ ਹੈਨਾ ਬੱਚਿਆਂ ਨੂੰ ਅਨਸਰਟੇਨਟੀ ਦੇ ਵਿੱਚ ਬਾਰ ਬਾਰ ਪਾਣਾ ਇਹ ਬਹੁਤ ਹੀ ਕ੍ਰਿਟਿਸਿਜ਼ਮ ਵਾਲੀ ਗੱਲ ਹੈ ਸ਼ੇਮਲੈਸਨੈਸ ਦੀ ਗੱਲ ਹੈ ਬਟ ਆਈ ਸਟਿਲ ਬਲੀਵ ਕਿ ਦੇਖੋ ਜੋ ਪੇਪਰ ਨੋਟੀਫਿਕੇਸ਼ਨ ਕੱਢੇ ਹੋਇਆ ਉਹ ਕੱਲ ਨਹੀਂ ਦੇਰ ਨਹੀਂ ਤਾਂ ਸਵੇਰ ਪੇਪਰ ਲੈ ਹੀ ਲੈਂਦੇ ਹੈ ਸਟਿਲ ਠੀਕ ਹੈ ਤਾਂ ਬੱਚੇ ਕੀ ਹੈ ਉਸ ਚੀਜ਼ ਵਿੱਚ ਪਟਕ ਜਾਂਦੇ ਆ ਆਪਾਂ ਕਿ ਯਾਰ ਪੇਪਰ ਨਹੀਂ ਹੋ ਰਿਹਾ ਤਿਆਰੀ ਛੱਡਦੀ ਹੈ ਹੈ ਨਾ ਸੋ ਬਹੁਤ ਡੀਮੋਟੀਵੇਟਿੰਗ ਹੈ ਆਪਣੇ ਲਈ ਲੇਕਿਨ ਦੇਰ ਨਹੀਂ ਤਾਂ ਸਵੇਰ ਪੇਪਰ ਹੋ ਹੀ ਜਾਂਦੇ ਨੇ ਠੀਕ ਹੈ ਤੇ ਆਪਾਂ ਜੋ ਪਿੱਛੇ ਕੀਤੀ ਗਈ ਮਿਹਨਤ ਹੈ ਉਹਦੇ ਤੇ ਆਪਾਂ ਇਨਜਸਟਿਸ ਜਿਹੜਾ ਹੈ ਉਹਦੇ ਨਾਲ ਨਾ ਹੋਣ ਦਈਏ ਠੀਕ ਹੈ ਸੋ ਅਨਟੱਚੇਬਿਲਟੀ ਨਾਲ ਰਿਲੇਟਡ ਹੈ ਸਾਡਾ ਆਰਟੀਕਲ 17 ਐਂਡ ਆਰਟੀਕਲ 18 ਜਿਹੜਾ ਹੈ ਟਾਈਟਲਸ ਦੇ ਨਾਲ ਰਿਲੇਟਡ ਹੈ ਆਰਟੀਕਲ 15 ਡਿਸਕ੍ਰਿਮੀਨੇਸ਼ਨ ਨੂੰ ਪ੍ਰिवेंट ਕਰਦਾ ਹੈ ਐਂਡ ਆਰਟੀਕਲ 14 ਜਿਹੜਾ ਹੈ ਇਕੁਐਲਿਟੀ ਬਿਫੋਰ ਲਾ ਸ਼ਾਬਾਸ਼ ਸੁਨੀਲ ਵੈਰੀ ਗੁੱਡ ਗ੍ਰੇਟ ਚਲिए ਨੈਕਸਟ ਕੁਐਸਚਨ ਤੇ ਇੱਕ ਵਾਰ ਅਗਲੇ ਕੁਐਸਚਨ ਤੇ ਜਾਣ ਤੋਂ ਪਹਿਲਾਂ ਸੈਸ਼ਨ ਨੂੰ ਫੜਾਫੜ ਸ਼ੇਅਰ ਕਰ ਦਿਓ ਠੀਕ ਹੈ ਦੋ ਦੋ ਜਗ੍ਹਾ ਤੇ ਸਾਰੇ ਸ਼ੇਅਰ ਕਰਕੇ ਆਣਗੇ ਇਹ 7 ਤੋਂ 14 ਜਾਣਾ ਚਾਹੀਦਾ ਹੈ ਹੈਨਾ ਮੈਨੂੰ ਕੋਈ ਤੁਹਾਰੇ ਬਲੀਵ ਕਰਦੇ ਹੋ ਕਿ ਲਾਂਚ ਪੈਡ ਜਿਸ ਹਿਸਾਬ ਨਾਲ ਟੀਚਰਸ ਮਿਹਨਤ ਕਰਦੇ ਨੇ ਇਥੇ ਤਾਂ ਵਿਊਅਰਸ ਜ਼ਿਆਦਾ ਹੋਣੇ ਚਾਹੀਦੇ ਆ ਉਹ ਤੁਸੀਂ ਕਰ ਸਕਦੇ ਹੋ ਓਨਲੀ ਯੂ ਕੈਨ ਸ਼ੇਅਰ ਥੈਟ ਰਾਈਟ ਸੋ ਅਗਲਾ ਸਵਾਲ ਦੇਖੋ ਆਪਣੇ ਕੋਲ ਕੀ ਆ ਰਿਹਾ ਹੈ ਦਵੇਰੀ ਨੈਕਸਟ ਕੁਐਸਚਨ ਥੈਟ ਵੀ ਹੈਵ ਇਸ ਓਕੇ ਕੀ ਹੈ ਜੀ ਆਪਣੇ ਕੋਲ ਅਗਲਾ ਕੁਐਸਚਨ ਔਰ ਰਾਈਟ ਟੂ ਪ੍ਰਾਈਵੇਸੀ ਓਕੇ ਆਈ ਥਿੰਕ देयर इज ਅ ਬਿਟ ਇਸ਼ੂ ਇਨ ਦਾ ਵੀਡੀਓ 1 ਮਿੰਟ ਜੀ 1 ਮਿੰਟ ਓਕੇ ਹੁਣ ਠੀਕ ਹੈ ਸੋ ਕੀ ਹੈ ਜੀ ਆਪਣੇ ਕੋਲ ਕੁਐਸਚਨ ਰਾਈਟ ਟੂ ਪ੍ਰਾਈਵੇਸੀ ਇਜ਼ ਪ੍ਰੋਟੈਕਟਿਡ ਐਸ ਅ ਇਨਟ੍ਰੀਨਸਿਕ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਜੇ ਪਰਸਨਲ ਲਿਬਰਟੀ ਐਂਡ ਰਾਈਟ ਟੂ ਲਾਈਫ ਦੇ ਰਾਈਟ ਦੇ ਅੰਡਰ ਹੀ ਰਾਈਟ ਟੂ ਪ੍ਰਾਈਵੇਸੀ ਜਿਹੜਾ ਹੈ ਜੀ ਉਹਨੂੰ ਪ੍ਰੋਟੈਕਟ ਕੀਤਾ ਜਾਂਦਾ ਹੈ ਉਹ ਕਹਿ ਰਹੇ ਨੇ ਅੰਡਰ ਵਿਚ ਆਫ ਦਾ ਫੋਲੋਇੰਗ ਇਨ ਦਾ ਕਨਸਟੀਟਿਊਸ਼ਨ ਆਫ ਇੰਡੀਆ ਕਰੈਕਟਲੀ ਐਂਡ ਐਪਰੋਪਰੀਟਲੀ ਇੰਪਲਾਈ ਦਾ ਅਬਵ ਸਟੇਟਮੈਂਟ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਇਹ ਦਿੱਤੀ ਗਈ ਸਟੇਟਮੈਂਟਸ ਨਾਲ ਜਸਟਿਸ ਕਰ ਰਹੀ ਹੈ ਸਹੀ ਦੱਸ ਰਹੀ ਹੈ ਆਰਟੀਕਲ 14 ਤੇ ਉਹਦੇ ਪ੍ਰੋਵੀਜ਼ਨਸ ਜਿਹੜੇ ਹੈ ਅੰਡਰ 42 ਸੈਕੰਡ ਕਨਸਟੀਟਿਊਸ਼ਨਲ ਐਮੈਂਡਮੈਂਟ ਐਟ ਸਿੰਪਲੀ ਤੁਸੀਂ ਰਾਈਟ ਟੂ ਪ੍ਰਾਈਵੇਸੀ ਬਾਰੇ ਦੱਸਣਾ ਹੈ ਰਾਈਟ ਆਰਟੀਕਲ 17 ਐਂਡ ਡੀ ਪੀ ਐਸ ਪੀ ਆਫ ਦਾ ਸਟੇਟ ਪਾਲਿਸੀ ਯਾਨੀ ਕਿ 17 ਆਰਟੀਕਲ ਤੇ ਡੀ ਪੀ ਐਸ ਪੀ ਇਸ ਚੀਜ਼ ਨੂੰ ਸੁਜੈਸਟ ਕਰ ਦੇ ਨੇ ਠੀਕ ਹੈ then ਆਰਟੀਕਲ 21 ਤੇ ਫਰੀਡਮ ਜਿਹੜੇ ਆਰਟੀਕਲ 3 ਦੇ ਵਿੱਚ ਗਰੰਟ ਪਾਰਟ 3 ਦੇ ਵਿੱਚ ਗਾਰੰਟੀ ਕੀਤੇ ਗਏ ਨੇ ਬੜਾ ਕੰਪਲੈਕਸ ਕੁਐਸਚਨ ਹੈ ਦੇਖਦੇ ਹਾਂ ਕੌਣ ਪਹਿਲੇ ਅਨਸਰ ਦਿੰਦਾ ਹੈ ਮੈਨੂੰ ਉਮੀਦ ਘਟ ਹੈ ਕਿ ਇਸ ਕੁਐਸਚਨ ਦਾ ਅਨਸਰ ਆਏਗਾ ਆਪਣੇ ਕੋਲ ਸਪੀਡ ਦੇ ਨਾਲ ਆਰਟੀਕਲ 24 ਐਂਡ ਦ ਪ੍ਰੋਵੀਜ਼ਨਸ ਜੋ ਕਿ 44th ਕਨਸਟੀਟਿਊਸ਼ਨਲ ਐਮੈਂਡਮੈਂਟ ਦੇ ਵਿੱਚ ਦਿੱਤੇ ਹੋਏ ਹੈ ਰਾਈਟ ਟੂ ਪ੍ਰਾਈਵੇਸੀ ਨੂੰ ਪ੍ਰੋਟੈਕਟ ਕੀਤਾ ਗਿਆ ਹੈ ਰਾਈਟ ਟੂ ਲਾਈਫ ਐਂਡ ਪਰਸਨ ਪ੍ਰਾਪਰਟੀ ਦੇ ਅੰਡਰ ਸੋ ਇੰਡੀਅਨ ਕਨਸਟੀਟਿਊਸ਼ਨ ਦਾ ਕਿਹੜਾ ਹਿੱਸਾ ਇਹਨਾਂ ਦੀ ਗੱਲ ਕਰਦਾ ਹੈ ਇਹ ਚੀਜ਼ ਜਿਹੜੀ ਹੈ ਤੁਹਾਨੂੰ ਪੁੱਛੀ ਗਈ ਹੈ ਠੀਕ ਹੈ ਸੋ ਲੈਟ ਅਸ ਸੀ ਓ ਮਾਈ ਗੋਡ ਸੀ ਆਨਸਰ ਆ ਰਿਹਾ ਹੈ ਟੋਪਰ ਤਾਨਿਆ ਓਮਕਾਰ ਪੁੱਤਰ ਸੁਆਮੀ ਜਜਮੈਂਟ ਵਿਦ ਦੇ ਵਿੱਚ ਰਾਈਟ ਟੂ ਪ੍ਰਾਈਵੇਸੀ ਜਿਹੜੀ ਹੈ ਉਹਨੂੰ ਪ੍ਰਮੋਟ ਕੀਤਾ ਗਿਆ ਸੀ ਵੈਰੀ ਨਾਈਸ ਯਾਰ ਸ਼ਾਬਾਸ਼ ਆਰਟੀਕਲ 21 ਹੀ ਜਿਹੜਾ ਹੈ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਜਿਹੜੀ ਉਹਨੂੰ ਪ੍ਰੋਟੈਕਟ ਕਰਦਾ ਹੈ ਜਿਹਦੇ ਅੰਡਰ ਈਵਨ ਰਾਈਟ ਟੂ ਪ੍ਰਾਈਵੇਸੀ ਇਜ਼ ਪ੍ਰੋਟੈਕਟਿਡ ਐਂਡ ਐਬਸੋਲੂਟਲੀ ਕਰੈਕਟ ਪੁਟਾ ਸੁਆਮੀ ਜਜਮੈਂਟ ਦੇ ਵਿੱਚ ਰਾਈਟ ਟੂ ਪ੍ਰਾਈਵੇਸੀ ਜਿਹੜੀ ਹੈ ਉਹਨੂੰ ਡਿਕਲੇਅਰ ਕੀਤਾ ਗਿਆ ਸੀ ਦੈਨ ਚਲਾ ਨੈਕਸਟ ਕੁਐਸਚਨ ਤੇ ਉਮੀਦ ਨਹੀਂ ਸੀ ਕਿ ਕੁਐਸਚਨ ਨਹੀਂ ਸਮਝ ਆਏਗਾ ਲੇਕਿਨ ਆਨਸਰ ਵੀ ਸਹੀ ਆਇਆ ਹੈ ਵੈਰੀ ਨਾਈਸ in which uh, which of the following are env seized by the rights against exploitation in constitution of india exploitation da keda uh, right against exploitation de vich kadi kadi chizaan likhiyan gayian hain options dekho prohibition of trafficking in human beings and forced labor inna dono di prohibition abolition of untouchability untouchability nu abolish karna protection of the interests of the minority minority de interests di protection एंड प्रोहिबिशन ऑफ अनइम्पलॉयमेंट ऑफ चिल्ड्रन इन फैक्ट्री एंड माइंड ऑफ इम्प्लॉयमेंट ऑफ चिल्ड्रन सो सिंपली है नी एंडोर वन एंड फोर एंड अपने आ रहा है सारे ही जो हिस्सा ने ठीक so, है सो सिंपल बहुत सिंपल जवाब है एबसोल्यूटली प्रोहिबिशन ऑफ ट्रैफिकोर्सर है बिल्कुल सी आंसर करेक्ट है ਦੈਨ ਆਪਣੇ ਕੋਲ এমਪਲੋਇਮੈਂਟ ਆਫ ਚਿਲड्रन ਇਨ ਫੈਕਟਰੀਜ਼ ਐਂਡ ਮਾਈਨਸ ਹੈ ਨਾ ਅੱਛਾ ਇਹਦੀ ਏਜ ਲਿਮਿਟ ਕਿੰਨੀ ਦੱਸੀ ਗਈ ਹੈ ਇਹਦੀ ਏਜ ਲਿਮਿਟ ਜਿਹੜੀ ਹੈ ਉਹ ਕਿੰਨੀ ਦੱਸੀ ਗਈ ਹੈ ਗੋ ਆਨ ਫਟਾਫਟ ਆਨਸਰਸ ਦਿਓ ਪ੍ਰੋਹਿਬੀਸ਼ਨ ਆਫ এমਪਲੋਇਮੈਂਟ ਆਫ ਚਿਲड्रन ਇਨ ਫੈਕਟਰੀਜ਼ ਦੀ ਏਜ ਲਿਮਿਟ ਕਿੰਨੀ ਦੱਸੀ ਗਈ ਹੈ ਪਤਾ ਹੋਣੀਆਂ ਚਾਹੀਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਔਨ ਟਿਪਸ ਠੀਕ ਹੈ ਗ੍ਰੇਟ 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 ਵੈਰੀ ਨਾਈਸ ਆਰਟੀਕਲ 23 24 ਇਹਦੀ ਗੱਲ ਕਰਦਾ ਹੈ ਟੋਪਰ ਸੁਨੀਲ ਮੁਨੀਸ਼ ਨਾਈਟਸ ਪਹੇ ਸੈਸ਼ਨ ਤੇ ਲਾਈਕ ਦਾ ਬਟਨ ਦਬਾ ਦਿਓ ਪਲੀਜ਼ ਸ਼ੇਅਰ ਦਾ ਸੈਸ਼ਨ 에ਵਰੀਵੇਅਰ that is my bare minimum request ਤੁਸੀਂ ਕਰੇ ਬੈਠੇ bare minimum ਆਹੀ ਕਰ ਸਕਦੇ ਹੋ ਹੈਨਾ ਬਹੁਤ ਕੁਝ ਮੇਜਰ ਤਾਂ ਆਪਾਂ ਡਿਮਾਂਡ ਨਹੀਂ ਕਰ ਰਹੇ ਬਸ ਸੈਸ਼ਨ ਨੂੰ ਸ਼ੇਅਰ ਕਰਨਾ ਦੋ ਦੋ ਜਗ੍ਹਾ ਤੇ ਸਾਰੇ ਜਨਰੇ ਠੀਕ ਹੈ ਸੋ 12 ਤੋਂ 24 ਪਹੁੰਚਣਾ ਚਾਹੀਦਾ ਇਮੀਡੀਏਟ ਇਫੈਕਟ ਤੋਂ ਓਕੇ ਦੁਪਿੰਦਰ ਬਿਲਕੁਲ 14 ਯਰ ਜਿਹੜੀ ਹੈ ਉਹਨੂੰ ਡਿਸਾਈਡ ਕੀਤਾ ਗਿਆ ਹੈ ਏਜ ਵਿਚ ਆਰਟੀਕਲ ਆਫ ਵਿਚ ਪ੍ਰਿੰਸੀਪਲ ਅਮੰਗ ਦਾ ਫੋਲੋਇੰਗ ਜਿਹੜਾ ਹੈ ਉਹਨੂੰ ਡੀਪੀਐਸਪੀ ਦੇ ਵਿੱਚ ਐਡ ਕੀਤਾ ਗਿਆ ਸੀਗਾ 42nd ਕਨਸਟੀਟਿਊਸ਼ਨਲ ਅਮੈਂਡਮੈਂਟ ਤੋਂ ਬਾਅਦ ਇਕੁਅਲ ਪੇ ਇਕੁਅਲ ਕਮ ਲਈ men and women ਦੋਨਾਂ ਲਈ ਦੈਨ ਪਾਰਟਿਸਿਪੇਸ਼ਨ ਆਫ ਵਰਕਰਸ ਮੈਨੇਜਮੈਂਟ ਇੰਡਸਟਰੀ ਦੀ ਮੈਨੇਜਮੈਂਟ ਦੇ ਵਿੱਚ ਦੈਨ ਰਾਈਟ ਟੂ ਵਰਕ ਐਜੂਕੇਸ਼ਨ ਐਂਡ ਪਬਲਿਕ ਅਸਿਸਟੈਂਸ ਐਂਡ ਲਾਸਟ ਆ ਰਿਹਾ ਹੈ ਮਿਨਿਮਮ ਵੇਜ ਦੇਣੀ ਐਂਡ ਹਿਊਮਨ ਕੰਡੀਸ਼ਨਸ ਦੇਣੀਆਂ ਵਰਕਰਸ ਨੂੰ ਠੀਕ ਹੈ ਬੜਾ ਸਿੰਪਲ ਕੁਐਸਚਨ ਹੈ ਜਲਦੀ ਜਲਦੀ ਦ ਕਰੈਕਟ ਆਨਸਰ ਇਜ਼ ਬੀ ਵਰਕਰਸ ਦੀ ਪਾਰਟਿਸਿਪੇਸ਼ਨ ਇਨ ਦਾ ਮੈਨੇਜਮੈਂਟ ਆਫ ਇੰਡਸਟਰੀ ਜਿਹੜੀ ਹੈ ਉਹਨੂੰ ਡੀਪੀਐਸਪੀ ਦੇ ਵਿੱਚ ਇਨਕਲੂਡ ਕੀਤਾ ਗਿਆ ਸੀ 42nd ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਅੰਡਰ ਠੀਕ ਹੈ ਬੀ ਹੈ ਜੀ கரੈਕਟ ਆਨਸਰ এ ਨਹੀਂ ਹੈ ਪਤਾ ਹੈ ਜਿਹੜੇ ਡੀ ਪੀ ਐਸ ਪੀ ਵੱਲੇ ਜੋ ਜੋ ਚੀਜ਼ਾਂ ਐਡ ਕੀਤੀ ਗਈ ਹੈ ਡੀ ਪੀ ਐਸ ਪੀ ਦੇ ਵਿੱਚ ਵਿਦ ਟਾਈਮ ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਇਹਦੇ ਵਿੱਚ ਕਨਫਿਊਜ਼ਨ ਜਿਹੜੀਆਂ ਉਹਨੂੰ ਕ੍ਰੀਏਟ ਕਰ ਲੈਂਦੇ ਹਾਂ ਬਿਲਕੁਲ 1976 ਐਬਸੋਲੂਟਲੀ ਚਲੋ ਜੀ ਨੈਕਸਟ ਕੁਐਸਚਨ ਤੇ ਸਭ ਸੈਟੀਸਫਾਈਡ ਨੇ ਸਮਝ ਆ ਰਿਹਾ ਤੇ ਇੱਕ ਥੰਬਸ ਅਪ ਦੇ ਦਿਓ ਇੱਕ ਤਾਰਾ ਬਣਾ ਕੇ ਪੇਜ ਦਿਓ ਕਿ ਹਾਂਜੀ ਸਮਝ ਆ ਗਿਆ ਹੈ ਹੈਨਾ ਐਟ ਲਾਂਚਪੈਡ ਆਪਾਂ ਥੰਬਸ ਅਪ ਐਕਸੈਪਟ ਨਹੀਂ ਕਰਦੇ ਆਪਾਂ ਤਾਰੇ ਐਕਸੈਪਟ ਕਰਦੇ ਆਂ ठीक है चलिए डन फाइन नेक्स्ट देखो की क्वेश्चन है विच प्रिंसिपल अमंग द फॉलोइंग वॉज एडेड ओके क्वेश्चन आपको ऑलरेडी कर लेता है अगला क्वेश्चन आ रहा है विच फॉलोइंग वॉज द फर्स्ट प्रेजिडेंसी ऑफ ब्रिटिश ईस्ट इंडिया कंपनी ब्रिटिश ईस्ट इंडिया कंपनी की पहली प्रेसिडेंसी प्रेजिडेंसी केड़ी केगी मॉडर्न हिस्ट्री तो सवाल है मद्रास पटनम सूरत एंड हुगली वाह ये तो रात कर छड़िए इन्ने सारे तारे लागे हैं शाबाश 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 गो ऑन वट्स द करेक्ट आंसर ओके गुड द करेक्ट आंसर इज सी सूरत फाइन नेक्स्ट सवाल से चलिए ओके okay जी अगला सवाल देखो अपने को आ रहा है who among the following is said to have hatched the delhi conspiracy 1912 ਦੀ ਦਿੱਲੀ ਕਾਂਸਪਿਰਸੀ ਜਿਹੜੀ ਹੈ ਇਹਨਾਂ ਚੋਂ ਕਿਹਦੇ ਦੁਆਰਾ ਕੀਤੀ ਗਈ ਹੈ ਰਾਜਬਿਹਾਰੀ ਬੋਸ ਭਾਈ ਪਰਮਾਨੰਦ ਸਚੇਂਦਰਨਾਥ ਸਾਨਿਆਲ ਐਂਡ ਸੋਹਨ ਲਾਲ ਪਾਠਕ ਗੋਣ ਦਿੱਲੀ ਕਾਂਸਪਿਰਸੀ 1912 ਦੇ ਵਿੱਚ ਆਪਾਂ ਕਿਹਦਾ ਨਾਮ ਜਿਹੜਾ ਹੈ ਉਹ ਜਾਣਦੇ ਹਾਂ ਪਤਾ ਹੋਏਗਾ ਸਾਰਿਆਂ ਨੂੰ ਰਾਜਬਿਹਾਰੀ ਬੋਸ भाई परमानंद सच आ, सान्याल एंड सोहन लाल पाठक व्हाट्स द करेक्ट आंसर पहला आंसर ए आ रहा है अमृतपाल जी ने देता है बाकी सारे सोच रहे ने क्या आंसर दिया जाए देख लो फटाफट आंसर दे दो भाई सेशन से लाइक का बटन दब दो जी आई एम अज्यूमिंग कि तुसे सारे ने सेशन नु शेयर किया है आंसर है ए राज बिहारी बोस ए बिल्कुल करेक्ट आंसर है Uh, बहुत लाजमी है कि आप डी मार्क करिए बहुत सारे स्टूडेंट्स डी करके आते हैं लेकिन आंसर रास बिहारी बोस है पता होना चाहिए है बेसिक क्वेश्चन है बेसिक्स के गलतियाँ नहीं कर ठीक है चलिए नेक्स्ट क्वेश्चन दे फाइन अगला सवाल देखो कि आ रहा है हु अपॉइंट द चेयरमैन ऑफ नेशनल कमीशन फॉर शेड्यूल्ड कास्ट नेशनल कमीशन फॉर शेड्यूल्ड कास्ट के चेयरमैन कौन अपॉइंट करता है प्रेसिडेंट करता है प्राइम मिनिस्टर करता है लोकसभा स्पीकर करता है या फिर नन ऑफ द अब हु अपॉइंट्स द चेयरमैन ऑफ नेशनल कमीशन फॉर शेड्यूल कास्ट यस अमन कुमार वी नो एग्जाम हैज बीन पोस्टोड अनफॉर्चुनेटली है ना पीटर पुलिसबी जिनी बैशिंग की जाए उ थोड़ी है इट इज प्रेसीडेंट डेफिनेटली ठीक है ਹਾਂਜੀ ਰਵਿੰਦਰ ਸਿੰਘ ਜੀ ਆਈ نو ਪੇਪਰ ਹੈਸ ਬੀਨ ਪੋਸਟਪੋਨਡ ਰਾਈਟ ਸੋ ਮੇਗੀ ਇਹ ਕਿ ਪੀਟ੍ਰਪਲ ਐਸਬੀ ਦੀ ਜਿੰਨੀ ਜ਼ਿਆਦਾ ਬੈਸ਼ਿੰਗ ਕੀਤੀ ਜਾ ਸਕਦੀ ਹੈ ਉਨੀ ਕਟ ਹੈ ਬਿਕੋਜ਼ ਇਹ ਤਾਂ ਡੀਮੋਟੀਵੇਟਿੰਗ ਹੈ ਬਹੁਤ ਜ਼ਿਆਦਾ ਸਟੂਡੈਂਟਸ ਲਈ ਹੈਨਾ ਇਥੇ ਆਪਾਂ ਮੋਟੀਵੇਸ਼ਨ ਦੀ ਗੱਲ ਬਾਅਦ ਚ ਕਰਾਂਗੇ ਲੇਕਿਨ ਪਹਿਲੇ ਆਪਾਂ ਪੀਟ੍ਰਪਲ ਐਸਬੀ ਦੀ ਗੈਰ ਜ਼ਿੰਮੇਦਾਰੀ ਉਹਨਾਂ ਦਾ ਟੋਟਲ ਡਿਸਰਿਗਾਰਡ ਬੱਚਿਆਂ ਦੀ ਤਿਆਰੀ ਨੂੰ ਲੈ ਕੇ ਉਹਦੇ ਉੱਤੇ ਰੋਸ ਪਹਿਲੇ ਤਾਂ ਪ੍ਰਗਟ ਕੀਤਾ ਜਾਵੇ ਹੈਨਾ ਸੋ Uh, अच्छा नेशनल कमीशन फॉर शेड्यूल कास्ट जी है किस तरह की बॉडी है कॉन्स्टिट्यूशनल बॉडी है या नॉन कॉन्स्टिट्यूशनल बॉडी है या फिर बॉडी जोड़ी है स्टैचूटरी बॉडी है ये सारी है जो तो चीज़ पता होनी चाहिए है राइट right? नैक्सट सवाल तो आप चल रहे हैं, मेरा जवाब दो किस तरह की बॉडी है नैशनल कमीशन फॉर शेड्यूल कास्ट विच अमंग द फॉलोइंग स्टेटमेंट टॉक्स अबाउट द फॉर्मेन ऑफ द फाइनैंस कमीशन ਹੱਲਵਾ ਕੁਐਸਚਨ ਸੈਂਟਰ ਸਟੇਟ ਦੇ ਵਿੱਚ ਜਿਹੜੇ ਫਾਈਨੈਂਸਸ ਹੁੰਦੇ ਹੈ ਐਂਡ ਜਿਹੜੇ ਗ੍ਰਾਂਟਸ ਹੁੰਦੇ ਹੈ ਜੀ ਉਹ ਡਿਸਟ੍ਰਿਬਿਊਟ ਕੀਤੇ ਜਾਂਦੇ ਹੈ ਬਾਈ ਦਾ ਫਾਈਨੈਂਸ ਕਮਿਸ਼ਨ ਓਨਲੀ ਠੀਕ ਹੈ ਆਰਟੀਕਲ 280 ਆਰਟੀਕਲ 275 ਆਰਟੀਕਲ 148 ਆਰਟੀਕਲ 176 ਈਜ਼ੀ ਬਿਲਕੁਲ கரੈਕਟ ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲ ਕਾਸਟ ਕਨਸਟੀਟਿਊਸ਼ਨਲ ਬਾਡੀ ਹੈ ਇਹ ਦਾ ਅਨਸਰ ਹੈ ਆਰਟੀਕਲ 280 ਜਿਹੜਾ ਹੈ ਆਪਣਾ ਫਾਈਨਾਂਸ ਕਮਿਸ਼ਨ ਦੀ ਗੱਲ ਕਰਦਾ ਹੈ ਉਹਦੀ ਫਾਰਮੇਸ਼ਨ ਦੀ ਗੱਲ ਕਰਦਾ ਹੈ ਗੁੱਡ ਸੁਰਿੰਦਰ ਅਮਰਿਤਪਾਲ ਦੁਪਿੰਦਰ ਤਾਨਿਆ ਵੈਰੀ ਨਾਈਸ ਵੈਰੀ ਨਾਈਸ ਰਵਿੰਦਰ ਗ੍ਰੇਟ ਫਾਈਨ ਚਲਿਆ ਜੀ ਓਕੇ ਅੱਛਾ ਫਾਈਨਾਂਸ ਕਮਿਸ਼ਨ ਨੂੰ ਹੈਡਕਾਨ ਕਰਦਾ ਹੈ ਆਰਬੀਆ ਦਾ ਗਵਰਨਰ ਹੈਨਾ ਠੀਕ ਹੈ ਮੈਂ ਆਰਬੀਆ ਦਾ ਗਵਰਨਰ ਹੀ ਤਾਂ ਕਰਦਾ ਹੈ ਸੋਚ ਲਓ ਸੋਚ ਲਓ ਚੱਲਾ ਨੈਕਸਟ ਕੁਐਸਚਨ ਤੇ ਫਾਈਨ ਅਗਲੇ ਸਵਾਲ ਤੇ ਆਪਾਂ ਚੱਲ ਰਹੇ ਹਾਂ ਨੈਕਸਟ ਸਵਾਲ ਦੇਖੋ ਅ ਪ੍ਰੋਕਲੇਮੇਸ਼ਨ ਆਫ ਅਮਰਜੰਸੀ ਮਸਟ ਬੀ ਪਲੇਸਡ ਬਿਫੋਰ ਦਾ ਪਾਰਲੀਮੈਂਟ ਫਾਰ ਇਟਸ ਅਪਰੂਵਲ ਅਗਰ ਅਮਰਜੰਸੀ ਦੀ ਪ੍ਰੋਕਲੇਮੇਸ਼ਨ ਕਰਨੀ ਹੋਵੇ ਤਾਂ ਪਾਰਲੀਮੈਂਟ ਦੇ ਵਿੱਚ ਕਿੰਨੇ ਟਾਈਮ ਪਹਿਲੇ ਜਿਹੜੀ ਹੈ ਅਪਰੂਵਲ ਲਈ ਪੇਸ਼ ਹੋਣੀ ਚਾਹੀਦੀ ਹੈ 1 ਮਹੀਨੇ 2 ਮਹੀਨੇ 6 ਮਹੀਨੇ ਜਾਂ ਫਿਰ 1 ਸਾਲ ਗੋ ਅਨ ਐਨਕੇ ਸਿੰਘ ਚੇਅਰਮੈਨ ਸੀਗੇ 15th ਫਾਈਨੈਂਸ ਕਮਿਸ਼ਨ ਦੇ absolutely very nice okay kya hai ji correct answer uh one month and six months bhai idar answer one month hai acha ek question mai puchna hai mainu lag nahi riya ki idar answer aayega kyunki thoda tricky question ho sakta hai apa onni in depth de vich jande nahi lekin jinne bahut changi tarah cheeza padhi hai oh jo definitely idar answer de sakega ਸੋ ਕਹਿ ਰਹੇ ਨੇ ਕਿ ਪ੍ਰੋਕਲੇਮੇਸ਼ਨ ਆਫ ਨੈਸ਼ਨਲ ਅਮਰਜੰਸੀ ਜਿਹੜੀ ਹੈ ਉਹ 1 ਮਹੀਨਾ ਇਨ ਐਡਵਾਂਸ ਜਿਹੜੀ ਹੈ ਪਾਰਲੀਮੈਂਟ ਦੇ ਸਾਹਮਣੇ ਰੱਖਣੀ ਹੈ ਠੀਕ ਹੈ ਡਨ ਬਿਲਕੁਲ ਰੱਖਣੀ ਹੈ ਕੋਈ ਦਿੱਕਤ ਨਹੀਂ ਹੈ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਹ ਸ਼ੁਰੂ ਤੋਂ ਹੀ 1 ਮਹੀਨਾ ਸੀ ਜਾਂ ਪਹਿਲੇ ਕਿਸ ਅ ਅਲੱਗ ਮੰਥਸ ਡਿਸਾਈਡ ਕੀਤੇ ਗਏ ਸੀ ਫਿਰ ਸਰਕਾਰ ਇਹਦੇ ਵਿੱਚ ਕੋਈ ਕਨਸਟੀਟਿਊਸ਼ਨਲ ਅਮੈਂਡਮੈਂਟ ਲੈ ਕੇ ਆਈ ਜਿਸ ਅਮੈਂਡਮੈਂਟ ਤੋਂ ਬਾਅਦ ਇਹਨੂੰ 1 ਮਹੀਨਾ ਕਰ ਦਿੱਤਾ ਗਿਆ ਐਨੀ ਵਨ ਮੈਨੂੰ ਬੜੀ ਖੁਸ਼ੀ ਹੋਏਗੀ ਅਗਰ ਕੋਈ ਆਨਸਰ ਦੇ ਪਾਏਗਾ i will definitely explain but let's just wait ki shuru to ek mahina hi siga jadon to national emergency nu paya gaya hai constitution de vich ya koi amendment aaya siga jinne nu change kita si theek hai so answer tusi dena next sawal te apa chal rahe ha which of the following can be done under conditions of financial emergency oh keh rahe ne jadon financial emergency lag jave ta ki ki kita ja sakda hai union ਅ ਸਟੇਟਸ ਦੇ ਆਰਡਰ ਸਟੇਟਸ ਲਈ ਜਿਹੜੀ ਹੈ ਫਾਈਨੈਂਸ ਆਰਡਰਸ ਬਣਾ ਸਕਦਾ ਹੈ ਸੈਂਟਰਲ ਗਵਰਨਮੈਂਟ ਦਾ ਪੂਰਾ ਕੰਟਰੋਲ ਆ ਜਾਂਦਾ ਹੈ ਸਟੇਟ ਦੇ ਬਜਟ ਤੇ ਉਹਦੇ ਐਕਸਪੈਂਡਚਰ ਦੇ ਉੱਤੇ ਥੈਨ ਸੈਲਰੀਜ਼ ਆਫ ਜਜਜਸ ਆਫ ਹਾਈ ਕੋਰਟ ਤੇ ਸੁਪਰੀਮ ਕੋਰਟ ਜੜੀ ਹੈ ਜਿਹਨੂੰ ਰਿਡਿਊਸ ਕੀਤਾ ਜਾ ਸਕਦਾ ਹੈ ਠੀਕ ਹੈ ਅ ਬਿਲਕੁਲ கரੈਕਟ ਗੁਰੂਪਪਿੰਦਰ ਐਂਡ ਟਾਪਰ ਹਾਂ ਕਿਹੜਾ ਕਨਸਟੀਟਿਊਸ਼ਨ ਅਮੈਂਡਮੈਂਟ ਸੀ ਸਟਾਰਟਿੰਗ ਤੋਂ ਡੈਫੀਨਿਟਲੀ 1 ਮਹੀਨਾ ਨਹੀਂ ਸੀਗਾ ਇਹਨੂੰ ਅਮੈਂਡ ਕੀਤਾ ਗਿਆ ਸੀ 42 ਹੈ ਜਾਂ 44 ਹੈ ਸੋਚ ਲੋ ਦੇਖ ਲੋ ਹਾਂਜੀ ਸੋ ਫਾਈਨੈਂਸ਼ੀਅਲ ਐਮਰਜੈਂਸੀ ਦੀ ਕਿ ਸਿਚੁਏਸ਼ਨ ਦੇ ਵਿੱਚ ਕੀ ਕੀ ਚੀਜ਼ਾਂ ਜਿਹੜੀਆਂ ਹੈ ਜੀ ਉਹ ਕੀਤੀਆਂ ਜਾ ਸਕਦੀਆਂ ਹੈ ਇਹਦਾ ਜਵਾਬ ਤੁਸੀਂ ਸਾਰਿਆਂ ਨੇ ਮੈਨੂੰ ਦੇਣਾ ਹੈ ਫਾਈਨ ਚਲिए ਹਮ ਗ੍ਰੇਟ 44th ਐਮੈਂਡਮੈਂਟ ਦੇ ਅੰਡਰ ਜਿਹੜਾ ਹੈ ਉਹ 1 ਮਹੀਨਾ ਕੀਤਾ ਗਿਆ ਸੀ ਬਾਕੀ ਇਹਦਾ ਆਨਸਰ ਏ ਹੈ ਤਿੰਨੋ ਹੀ ਚੀਜ਼ਾਂ ਜਿਹੜੀਆਂ ਜੀ ਡੈਫੀਨੇਟਲੀ ਪੋਸੀਬਲ ਹੈ ਅਗਰ ਫਾਈਨੈਂਸ਼ੀਅਲ ਐਮਰਜੈਂਸੀ ਲੱਗ ਜਾਂਦੀ ਹੈ ਥੈਨ ਚੱਲਾਂ ਨੈਕਸਟ ਕੁਐਸਚਨ ਤੇ 올 ਰਾਈਟ ਅੱਛਾ ਅੱਜ ਆਪਣੀ 6:30 ਕਲਾਸ ਲਗਣੀ ਹੈ ਜੀ ਵੀਕਲੀ ਕਰੰਟ ਅਫੇਅਰਸ ਦੀ ਸੋ ਵੀਕਲੀ ਕਰੰਟ ਅਫੇਅਰਸ ਦੀ ਕਲਾਸ ਦੇ ਵਿੱਚ ਸਾਢੇ 6 ਪ੍ਰੈਜ਼েন্ট ਰਹਿਣਾ ਸਾਰੇ ਜਾਣੇ ਕੁਐਸਚਨਸ ਕਰਾਂਗੇ ਵਿਚ ਵਨ ਆਫ ਦਾ ਫੋਲੋਇੰਗ ਇਜ਼ ਅ ਸਬਜੈਕਟ ਆਫ ਕੰਕਰੈਂਟ ਲਿਸਟ ਕੰਕਰੈਂਟ ਲਿਸਟ ਯਾਨੀ ਕਿ ਸੈਂਟਰ ਤੇ ਸਟੇਟ ਜਿਹੜੇ ਹੈ ਦੋਨੋਂ ਇਸ ਲਿਸਟ ਦੇ ਉੱਤੇ ਇਹਨਾਂ ਸਬਜੈਕਟਸ ਦੇ ਉੱਤੇ ਆਰਡਰ ਜਿਹੜੇ ਹਨ ਉਹਨੂੰ ਪਾਸ ਕਰ ਸਕਦੇ ਹੈ ਪੁਲਿਸ ਕ੍ਰਿਮੀਨਲ ਮੈਟਰਸ ਰੇਡੀਓ ਐਂਡ ਟੈਲੀਵਿਜ਼ਨ ਐਂਡ ਲਾਸਟ ਆਪਣੀ ਗੁਲਾਰਿਆ ਹੈ ਫੋਰਨ ਅਫੇਅਰਸ ਚਲੋ ਕਿਹੜੇ ਕੇਸਸ ਦੇ ਵਿੱਚ ਜਿਹੜਾ ਹੈ ਅ ਸਬਜੈਕਟਸ ਕਨਕਰੈਂਟ ਲਿਸ ਦੇ ਨੇ ਬੜਾ ਇਜ਼ੀ ਕੁਐਸਚਨ ਹੈ ਬੀ ਕ੍ਰਿਮੀਨਲ ਮੈਟਰਸ ਦੇ ਉੱਤੇ ਸੈਂਟਰ ਤੇ ਸਟੇਟ ਜਿਹੜੇ ਹੈ ਉਹ ਦੋਨੋਂ ਅ ਲਾਜ਼ ਜਿਹੜੇ ਹੈ ਉਹਨਾਂ ਨੂੰ ਇ ਸਟੈਬਲਿਸ਼ ਕਰ ਸਕਦੇ ਹ ਉਹਨਾਂ ਨੂੰ ਬਣਾ ਸਕਦੇ ਹੈ ਦਨ ਜੀ ਚਲਿਏ ਨੈਕਸਟ ਕੁਐਸਚਨ ਤੇ 올 ਰਾਈਟ ਅਗਲਾ ਸਵਾਲ ਕਨਸਿਡਰ ਦ ਫੋਲੋਇੰਗ ਸਟੇਟਮੈਂਟ ਰਿਗਾਰਡਿੰਗ ਸਟੇਟ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨਰ ਦੇ ਬਾਰੇ ਕਰੈਕਟ ਸਟੇਟਮੈਂਟ ਦੱਸਣੀ ਹੈ ਉਹ ਕਹਿ ਰਿਹਾ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਅਪੋਇੰਟ ਕੀਤਾ ਜਾਂਦਾ ਹੈ ਗਵਰਨਰ ਦੇ ਦੁਆਰਾ ਕਿਸੇ ਵੀ ਰਿਸਪੈਕਟਿਵ ਸਟੇਟ ਦੇ ਸਟੇਟ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਇਲੈਕਸ਼ਨ ਕੰਡਕਟ ਕਰਦਾ ਹੈ ਸਿਰਫ ਪੰਚਾਇਤ ਦੇ ओनली पंचायत वन टू दोनों करेक्ट है नीदर दोनों कोई भी करेक्ट नहीं है स्टेट इलेक्शन कमिश्नर तू पता है स्टेट इलैक्शन कमिश्न जो अपंइंट कौन करता है कोई दस सकता है वनिंदर टॉपर अच्छा टॉपर नाम है कि लिटरल टॉपर ही है टॉपते इन ऑल स्पीय बिल्कुल आंसर सिर्फ ए है जी ਅ ਸਟੇਟ ਇਲੈਕਸ਼ਨ ਕਮਿਸ਼ਨਰ ਇਜ਼ ਅਪੁਆਇੰਟਡ ਬਾਏ ਦਾ ਗਵਰਨਰ ਰਿਸਪੈਕਟਿਵ ਸਟੇਟ ਦੇ ਐਂਡ ਉਸ ਤੋਂ ਇਲਾਵਾ ਸਟੇਟ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਪੰਚਾਇਤ ਦੇ ਨਾਲ ਨਾਲ ਮਿਊਨਿਸਪੈਲਿਟੀ ਜਿਹੜੀ ਹੈ ਉਹਦੇ ਇਲੈਕਸ਼ਨਸ ਵੀ ਕੰਡਕਟ ਕਰਵਾਉਂਦਾ ਹੈ ਗ੍ਰੇਟ ਵੈਰੀ ਨਾਈਸ ਨੈਕਸਟ ਸਵਾਲ ਦੇਖੋ ਕਿ ਆ ਰਿਹਾ ਹੈ ਦਾ ਯੂਨੀਫਿਕੇਸ਼ਨ ਆਫ ਕਰਨਾਟਕਾ ਵਾਸ ਅਚੀਵਡ ਇਨ ਦਿਸ ਈਅਰ ਕਰਨਾਟਕਾ ਦੀ ਯੂਨੀਫਿਕੇਸ਼ਨ ਦਾ ਸਾਲ ਪੁੱਛਿਆ ਹੈ ਰਾਈਟ ਆਪਸ਼ਨਸ ਦੇਖੋ ਕੀ ਆ ਰਹੇ ਨੇ 1956 ਪੀ ਟ੍ਰਿਪਲ ਐਸ ਵੀ ਵਾਲਿਆਂ ਨੂੰ ਕੀ ਹੋ ਗਿਆ ਹੈ ਇਹ ਕੁਝ ਨਵਾਂ ਥੋੜੀ ਨਾ ਹੋਇਆ ਇਹਦੇ ਨਾਲ ਇਹਨਾਂ ਨਾਲ ਇਹ ਤਾਂ ਇਹਨਾਂ ਦੀ ਫਿਤਰਤ ਹੈ ਹੈਨਾ ਪੀ ਟ੍ਰਿਪਲ ਐਸ ਵੀ ਐਗਜ਼ਾਮ ਕੰਡਕਟ ਕਰਾਉਣ ਲਈ ਕੱਟ तो पोस्टपोन ज्यादा जानी जाती है है ना अनड्यूली पोस्टपोन फरदर नोटिस तक पोस्टपोन है न आंसर है वन नाइनटीन फिफ्टी सिक्स फाइन डन जी नेक्स्ट सवाल तो चलीए ओके ऑलमोस्ट सारे ने ही करेक्ट आंसर दते हैं अगला सवाल जो तेजे सारे ने लिए आ रहा है अंडर विच आर्टिकल ऑफ इंडियन कॉन्स्टिट्यूशन ਦੈਟ ਡਿਸੀਜਨ ਆਫ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਜਿਹੜਾ ਹੈ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ ਹੈ 323A 329 346C ਐਂਡ 343K ਗੋ ਆਨ ਹਾਂਜੀ ਬਿਲਕੁਲ 100% ਰਿਵਾਜ ਨੇ ਇਹਨਾਂ ਦੇ ਤਾਂ ਮੈਂ ਤਾਂ ਕਿਹਾ ਹੀ ਐ ਐਗਜ਼ਾਮ ਕੰਡਕਟ ਕਟ ਤੇ ਪੋਸਟਪੋਨ ਜ਼ਿਆਦਾ ਲਈ ਜਾਣੀ ਜਾਂਦੀ ਹੈ ਪੀਟਪੀਐਸਵੀ ਹੁਣ ਤੱਕ ਤਾਂ ਆਪਾਂ ਨੂੰ ਮੈਨੂੰ ਲੱਗਦਾ ਹੈ ਕਿ ਹੈਰਾਨੀ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਠੀਕ ਹੈ ਸੋ ਬਿਕਾਜ਼ ਹੈਰਾਨੀ ਉਥੇ ਹੁੰਦੀ ਹੈ ਜਿੱਥੇ 323 ਬੀ ਮੰਨ ਲਓ ਹੁਣ ਪੀਸੀਐਸ ਦਾ ਪੇਪਰ ਲੈਣਾ ਹੋਵੇ ਪੀਪੀਐਸਸੀ ਨੇ ਤੇ ਮੰਨ ਲਓ ਉਹ ਇਗਜ਼ਾਮ ਨੂੰ ਪੋਸਟਪੋਨ ਕਰ ਗਏ ਉਥੇ ਤਾਂ 100% ਹੈਰਾਨੀ ਬੰਦੀ ਹੈ ਹੈਨਾ ਬਾਕੀ ਇਹ ਥੋੜੀ ਜਿਹੀ ਲੰਹਤਾ ਪਾਈਆਂ ਜਾਣ ਜਿੰਨੀ ਕਟ ਹੈ I ਬਲੀਵ ਹੈਨਾ बिकॉज ਐਡਵਾਂਸ ਵਿੱਚ ਇਹ ਚੀਜ਼ਾਂ ਬਹੁਤ ਪਹਿਲੇ ਜਿਹੜੀਆਂ ਹੈ ਬੋਰਡ ਨੂੰ ਡਿਸਾਈਡ ਕਰ ਲੈਣੀਆਂ ਚਾਹੀਦੀਆਂ ਹੈ ਰਾਦਰ ਤੁਸੀਂ ਪੂਰੇ ਮੌਕੇ ਤੇ ਆ ਕੇ ਬੱਚਿਆਂ ਨੂੰ ਡੀਮੋਟੀਵੇਟਡ ਕਰ ਰਹੇ ਹੋ ਰਾਦਰ ਤੁਸੀਂ ਪੂਰੇ ਮੌਕੇ ਤੇ ਆ ਕੇ ਬੱਚਿਆਂ ਦੀ ਮਿਹਨਤ ਦੇ ਨਾਲ ਜਿਹੜਾ ਹੈ ਖਿਲਵਾੜ ਕਰ ਰਹੇ ਹੋ ਠੀਕ ਹੈ ਸੋ ਜਦੋਂ ਜਦੋਂ ਵੀ ਐਗਜ਼ਾਮ ਪੋਸਟਪੋਨ ਹੁੰਦੇ ਹੈ ਮੇਰਾ ਮੰਨਣਾ ਇਹ ਹੈ ਕਿ ਜੋ ਬੱਚਾ ਪੜਨ ਵਾਲਾ ਹੈ ਜੋ 6 ਮਹੀਨੇ ਤੋਂ ਤਿਆਰੀ ਕਰ ਰਿਹਾ ਸੀ ਉਹਨੂੰ ਜ਼ਿਆਦਾ ਨੁਕਸਾਨ ਹੈ ਰਾਦਰ ਦੈਨ ਅ ਜੋ ਨਾਨ ਸੀਰੀਅਸ ਹੁੰਦੇ ਹੈ ਨਾਨ ਸੀਰੀਅਸ ਵਾਲੇ ਫਿਰ ਪੜ੍ਹ ਕੇ ਕੰਪੀਟੀਸ਼ਨ ਦੇ ਵਿੱਚ ਆਉਂਦੇ ਨੇ ਸੋ ਲੰਬੇ ਸਮੇਂ ਤੋਂ ਤਿਆਰੀ ਵਾਲਿਆਂ ਨੂੰ ਨੁਕਸਾਨ ਜ਼ਿਆਦਾ ਹੁੰਦਾ ਇਸ ਚੀਜ਼ ਦਾ ਠੀਕ ਹੈ ਸੋ ਅਗਲਾ ਸਵਾਲ ਦੇਖੋ ਨੋ ਮਨੀ ਬਿਲ ਲੋਕ ਸਭਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਨੀ ਬਿਲ ਕੀਦੇ ਪ੍ਰਾਇਰ ਅਪਰੂਵਲ ਅਪਰੂਵਲ ਤੋਂ ਬਿਨਾ ਨਹੀਂ ਲਿਆਇਆ ਜਾ ਸਕਦਾ ਵਾਈਸ ਪ੍ਰੈਜ਼ੀਡੈਂਟ ਦੇ ਪ੍ਰੈਜ਼ੀਡੈਂਟ ਦੇ ਪ੍ਰਾਈਮ ਮਿਨਿਸਟਰ ਦੇ ਐਂਡ ਫਾਈਨੈਂਸ ਮਿਨਿਸਟਰ ਦੇ ਗੋ ਆਨ ਬਿਲਕੁਲ ਕੁਸ਼ਬਦ ਜੀ ਆਏ ਅਗਰੀ ਵਿਦ ਯੂ ਬਿਲਕੁਲ ਬਿਲਕੁਲ 100% ਅਗਰੀਡ ਵਿਦ ਯੂ ਠੀਕ ਹੈ ਬਟ ਸਟਿਲ ਕਿਛ ਨਾ ਕਿਸੇ ਕੋਰਨਰ ਦੇ ਵਿੱਚ ਆਏ ਆਲਸੋ ਬਲੀਵ ਕਿ ਦੇਖੋ ਜੇ ਨੋਟੀਫਿਕੇਸ਼ਨ ਆਇਆ ਹੋਇਆ ਹੈ ਤਾਂ ਦੇਰ ਨਹੀਂ ਤਾਂ ਸਵੇਰੇ ਉਹਨੇ ਪੇਪਰ ਕੰਡਕਟ ਕਰਾ ਹੀ ਲੈਣਾ ਠੀਕ ਹੈ ਅ ਇਹਦਾ ਆਨਸਰ ਵੈਸੇ ਪ੍ਰੈਜ਼ੀਡੈਂਟ ਹੈ ਹੈਨਾ ਕੰਡਕਟ ਇਹਨਾਂ ਨੇ ਕਰਾ ਹੀ ਲੈਣਾ ਸੋ ਤੁਸੀਂ ਥੋੜਾ ਜਿਆ ਹੋਰ ਖਿੱਚ ਲੋ ਆਪਣੀ ਮੋਟੀਵੇਸ਼ਨ ਨੂੰ ਖਿੱਚ ਕੇ ਰੱਖੋ ਐ ਨਾ ਥੋੜਾ ਜਿਆ ਹੋਰ ਜੋਰ ਪਾਈ ਰੱਖੋ ਰਾਈਟ ਕਿ ਤੁਹਾਡੀ ਜਿਹੜੀ ਐਟਲੀਸਟ ਪਿਛਲੇ 6 7 ਮਹੀਨਿਆਂ ਦੀ ਜਿਹੜੀ ਮਿਹਨਤ ਹੈ ਉਹਦੇ ਨਾਲ ਇਨਜਸਟਿਸ ਨਾ ਹੋਵੇ ਠੀਕ ਹੈ ਬਾਕੀ ਬਿੱਲ ਮਨੀ ਬਿੱਲ ਹੈਗੇ ਨਹੀਂ ਇਹਨੂੰ ਡਿਸਾਈਡ ਜਿਹੜਾ ਹੈ ਸਪੀਕਰ ਦੇ ਦੁਆਰਾ ਕੀਤਾ ਜਾਂਦਾ ਹੈ ਟਾਪਰ ਦੁਪਿੰਦਰ ਵੈਰੀ ਗੁੱਡ ਠੀਕ ਹੈ ਬਲਕਰਨ ਜੀ ਦੋਪਦੀ ਮੁਰਮੋਦੋਂ ਪੁੱਛੇ ਬਿਨਾ ਨਹੀਂ ਕਰ ਸਕਦੇ ਨਹੀਂ ਕਰਦੇ ਜੀ ਹੋਰ ਦੱਸੋ ਹੋਰ ਸੇਵਾ ਦੱਸੋ ਨਹੀਂ ਆਪਾਂ ਬਿਨਾ ਪੁੱਛੇ ਕਰਨਾ ਹੀ ਨਹੀਂ कोई कहेगा ता भी नहीं करना फाइन बाकी अपना मूड थोड़ा अप कर लो कोई नहीं ठीक है सो डोंट यू गाइज चिंता नहीं करनी बिल्कुल बस पढ़ना है एक ही काम करना है पढ़ना है ठीक है तो एग्जाम देर नहीं तो तस्वीर कंडक्ट हो जाएगा हु वॉज द कॉन्स्टिट्यूशनल एडवाइजर टू द कॉन्स्टिट्यूएंट असेंबली ऑफ इंडिया ਡਾਕਟਰ ਰਜਿੰਦਰ ਪ੍ਰਸਾਦ ਬੀ ਆਰ ਅੰਬੇਦਕਰ ਬੀ ਐਨ ਰਾਓ ਐਂਡ ਨਨ ਆਫ ਦਾ ਅਬਵ ਇਹਨਾਂ ਵਿੱਚੋਂ ਕੋਈ ਵੀ ਨਹੀਂ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਆਰਟੀਕਲ 112 ਜੁਆਇੰਟ ਸਿਟਿੰਗ ਦਾ ਵੀ ਪ੍ਰੋਵੀਜ਼ਨ ਨਹੀਂ ਹੁੰਦਾ ਬਿਲਕੁਲ ਕਰੈਕਟ ਜੁਆਇੰਟ ਸਿਟਿੰਗ ਦਾ ਪ੍ਰੋਵੀਜ਼ਨ ਨਹੀਂ ਹੁੰਦਾ ਮਨੀ ਬਿਲ ਦੇ ਕੇਸ ਦੇ ਵਿੱਚ ਕਨਸਟੀਟਿਊਸ਼ਨਲ ਐਮੈਂਡਮੈਂਟ ਬਿਲ ਦੇ ਕੇਸ ਦੇ ਵਿੱਚ ਜੁਆਇੰਟ ਸਿਟਿੰਗ ਦਾ ਪ੍ਰੋਵੀਜ਼ਨ ਹੁੰਦਾ ਹੈ ਸੀਏਏ ਇਹਦਾ ਆਨਸਰ ਬੀ ਐਨ ਰਾਓ ਹੈ ਤੁਹਾਡੇ ਵਿੱਚੋਂ ਕਈ ਬੱਚੇ ਬੀ ਆਰ ਅੰਬੇਦਕਰ ਕਰ ਦਿੰਦੇ ਹੈ ਆਨਸਰ ਬੀ ਐਨ ਰਾਉ ਹੈ rau paaji sige sade constitutional advisor fine chaliye next question te mai ki puchhe caa citizenship amendment act na constitutional amendment act is case de vich is bill de vich constitution amendment de vich hunda hai joint sitting da provision next sawal dekho postal voting nu assi hor ki kende hai plural voting proxy voting वेटेड वोटिंग एंड सीक्रेट वोटिंग इतनीट स्पेलिंग जड़े आई कैन सी गलत लिखे हुए है सो इट शुड बी एस ई सी आर ई टी सीक्रेट वोटिंग गो ऑन क्या है जी करेक्ट आंसर नो कॉन्स्टिट्यू नो ज्वाइंट सिटिंग ऑन कॉन्स्टिट्यूशन अमेंडमेंट बिल्कुल करेक्ट मैम जी पॉलिटी ਇੰਡੀਆ ਦੀ ਆਏਗੀ ਜਾਂ ਪੰਜਾਬ ਦੀ ਆਏਗੀ ਭਾਈ ਪੋਲੀਟੀ ਦਾ ਸਟੇਟ ਲੈਵਲ ਤੇ ਹੋਵੇ ਤਾਂ ਪੰਜਾਬ ਦੀ ਹੋਊਗੀ ਸੈਂਟਰਲ ਤੇ ਹੋਵੇ ਤਾਂ ਇੰਡੀਆ ਦੀ ਆਊਗੀ ਪ੍ਰੌਕਸੀ VOTING کیا ਜਾਂਦਾ ਹੈ ਠੀਕ ਹੈ ਬੈਲਟ ਪੇਪਰਸ ਵਗੈਰਾ ਤੇ ਜਿਹੜੀ VOTING ਜਿਹੜੀ ਹੈ VOTING ਦਾ ਜਿਹੜਾ ਪ੍ਰੋਸੈਸ ਹੈ ਕਹਾਣੀ ਜਿਹੜੀ ਉਹ ਪੂਰੀ ਚੱਲਦੀ ਹੈ ਕੀ ਆਪਾਂ ਕਰ ਲਿਆਂਗੇ ਤੇ ਆਪਾਂ ਚੱਲ ਰਹੇ ਹਾਂ ਹੁਣ ਅਗਲੇ ਸਵਾਲ ਤੇ ਇੱਕ ਵਾਰ ਦੱਬ ਕੇ ਮੇਰੇ ਕਹਨ ਤੇ ਸੈਸ਼ਨ ਨੂੰ ਜਿਹੜਾ ਹੈ ਦੋ ਦੋ ਜਗ੍ਹਾ ਤੇ ਸ਼ੇਅਰ ਕਰਕੇ ਭੱਜ ਕੇ ਆ ਜਾਓ ਸਾਰੇ ਜਾਨੇ ਠੀਕ ਹੈ ਇਹ e 14 ਤੋਂ ਇਮੀਡੀਏਟਲੀ 28 ਜਾਣਾ ਚਾਹੀਦਾ ਹੈ ਹੈ ਨਾ ਥੰਬਸ ਅਪ ਦੇ ਦੋ ਜੋ ਬਲੀਵ ਕਰਦਾ ਹੈ ਕਿ ਹਾਂ ਭਈ ਲਾਂਚ ਪੈਡ ਤੇ ਵਿਊਅਰਸ ਜ਼ਿਆਦਾ ਹੋਣੇ ਚਾਹੀਦੇ ਜਿਸ ਹਿਸਾਬ ਨਾਲ ਟੀਚਰਸ ਇੱਥੇ ਮਿਹਨਤ ਕਰਦੇ ਨੇ ਜਿਸ ਹਿਸਾਬ ਨਾਲ ਕੰਟੈਂਟ ਲੈ ਕੇ ਆਇਆ ਜਾਂਦਾ ਬਾਕੀ 6:30 ਵਜੇ ਜਿਹੜੀ ਆਪਣੀ ਕਲਾਸ ਲੱਗਣੀ ਹੈ ਜੀ ਉਹ ਲੱਗਣੀ ਹੈ ਵੀਕਲੀ ਕਰੰਟ ਅਫੇਅਰਸ ਦੀ ਸੋ ਸਾਰੇ ਜਾਨੇ ਉੱਥੇ ਪ੍ਰੈਜ਼ੈਂਟ ਰਹਿਣਾ ਵੀਕਲੀ ਕਰੰਟ ਅਫੇਅਰਸ ਜਿਹੜੇ ਹੈ ਆਪਾਂ ਸੋਲਵ ਕਰਨੇ ਹੈ ਠੀਕ ਹੈ ਨੈਕਸਟ ਸਵਾਲ ਦੇਖੋ ਇਨ ਵਿਚ ਆਫ ਦਾ ਫਾਲੋਇੰਗ ਐਕਟਸ ਟੈਰੀਟੋਰੀਅਲ ਡਿਵੀਜ਼ਨਸ ਆਫ ਦਾ ਗਵਰਨੈਂਸ ਇਨ ਇੰਡੀਆ ਕੀਤੀ ਗਈ ਸੀਗੀ ਇੰਡੀਆ ਦੀ ਗਵਰਨੈਂਸ ਟੈਰੀਟੋਰੀਅਲ ਡਿਵੀਜ਼ਨ ਗਵਰਨਮੈਂਟ ਆਫ ਇੰਡੀਆ ਐਕਟ 1858 ਇੰਡੀਅਨ ਕਾਉਂਸਲਸ ਐਕਟ 1861 ਇੰਡੀਅਨ ਕਾਉਂਸਲਸ ਐਕਟ 1892 ਤੇ ਗਵਰਨਮੈਂਟ ਆਫ ਇੰਡੀਆ ਐਕਟ 1861 ਦੇਖਿਆ ਤੁਹਾਡੇ ਵਿੱਚੋਂ ਕਿੰਨੇ ਸਟੂਡੈਂਟਸ ਅਗਦੀ ਕਰ ਰਹੇ ਨੇ ਤਾਨਿਆ ਟੌਪਰ ਮੁਨੀਸ਼ ਫਿਰ ਮੇਰੀ ਇਹ ਦਰਖਵਾਸਤ ਹੈ ਕਿ ਦੋ ਦੋ ਜਗ੍ਹਾ ਤੇ ਸਾਰੇ ਸ਼ੇਅਰ ਕਰਕੇ ਆਣਗੇ ਠੀਕ ਹੈ ਸੈਸ਼ਨ ਨੂੰ ਜ਼ਰੂਰ ਸ਼ੇਅਰ ਕਰੋ ਜ਼ਿਆਦਾ ਤੋਂ ਜ਼ਿਆਦਾ ਠੀਕ ਹੈ ਬਿਕੋਜ਼ ਇਹਦੇ ਫਾਇਦੇ ਰਹਿੰਦੇ ਹੈ है ना अपना कंपटीशन इंक्रीज होएगा तो आप डेफिनेटली वधिया परफॉर्म करांगे राइट right? क्या है जी आंसर ए गवर्नमेंट ऑफ इंडिया एक्ट 58 61 ओके okay, किसके आंसर को सही मार्क किया जाए आंसर है वन गवर्नमेंट ऑफ इंडिया एक्ट गुड गवर्नेंस नहीं टेरिटोरियल डिविजन ऑफ इंडिया जड़ी है ओनू की तासी डंडन लंडन चलिए नेक्स्ट सवाल पे ओके हैप्पी टू सी मोस्टली ਸਾਰੇ ਨੇ கரெક્ટ ਆਨਸਰਸ ਦਿੱਤੇ ਹੈ ਗਵਰਨੈਂਸ ਥਰੂ ਟ्रेड ਯੂਨੀਅਨ ਉਸ ਤਰ੍ਹਾਂ ਦੀ ਗਵਰਨੈਂਸ ਨੂੰ ਅਸੀਂ ਕੀ ਕਹਿੰਨੇ ਹਾਂ 옵ਸ਼ਨਸ ਦੇਖिए ਗਿਲਡ ਸੋਸ਼ਲਿਜ਼ਮ ਫੇਬੀਅਨ ਸੋਸ਼ਲਿਜ਼ਮ ਸਿੰਡੀਕਲਿਜ਼ਮ ਐਂਡ ਲਿਬਰਲਿਜ਼ਮ थैंक यू अमन जी थैंक यू सो मच ठीक है सो गो ऑन अगर ट्रेड यूनियन ਜਿਹੜੇ ਹੈ ਗਵਰਨੈਂਸ ਦਾ ਪੂਰਾ ਸਿਸਟਮ ਗਵਰਨੈਂਸ ਜਿਹੜੀ ਹੈ ਉਹਨੂੰ कंडक्ट करते है तो उस तरह की as, उस गवर्नेंस ਨੂੰ ਅਸੀਂ ਕੀ ਕਹਿੰਦੇ ਹਾਂ 왓 ਇਜ਼ ਸੱਚ ਗਵਰਨੈਂਸ ਪਪੂਲਰਲੀ ਨੋਨ ਐਜ਼ ਉਸ ਤਰ੍ਹਾਂ ਦੀ ਗਵਰਨੈਂਸ ਨੂੰ ਅਸੀਂ ਸਿੰਡੀਕਲਿਜ਼ਮ ਕਹਿੰਦੇ ਹਾਂ ਠੀਕ ਹੈ ਚਲिए ਨੈਕਸਟ ਸਵਾਲ ਤੇ ਐਨੀ ਡਾਊਟਸ ਕਿਸੇ ਨੂੰ ਕੋਈ ਸਵਾਲ ਤਾਂ ਨਹੀਂ ਹੈ ਕਿਸੇ ਦੇ ਨੈਕਸਟ ਦੇਖੋ ਹੂ ਇਜ਼ ਅਥਾਰਾਈਜ਼ਡ ਟੂ ਟ੍ਰਾਂਸਫਰ ਜਜਜਸ ਆਫ ਵਨ ਹਾਈ ਕੋਰਟ ਟੂ ਅਨਦਰ ਹਾਈ ਕੋਰਟ ਇਹ ਇੱਕ ਹਾਈ ਕੋਰਟ ਦੇ ਜੱਜ ਨੂੰ ਦੂਜੇ ਹਾਈ ਕੋਰਟ ਦੇ ਹਾਈ ਕੋਰਟ ਦੇ ਵਿੱਚ ਟਰਾਂਸਫਰ ਕਰਨ ਦਾ ਜਿਹੜਾ ਆਥਰਾਇਜ਼ੇਸ਼ਨ ਹੈ ਉਹ ਕਿਹਨੂੰ ਦਿੱਤੀ ਗਈ ਹੈ অপਸ਼ਨ ਦੇਖੋ ਕਹ ਰਿਹਾ ਪ੍ਰੈਜ਼ੀਡੈਂਟ ਨੂੰ ਦਿੱਤੀ ਗਈ ਹੈ ਚੀਫ ਜਸਟਿਸ ਆਫ ਇੰਡੀਆ ਨੂੰ ਦਿੱਤੀ ਗਈ ਹੈ ਕਾਲੇਜੀਅਮ ਨੂੰ ਦਿੱਤੀ ਗਈ ਹੈ ਜਾਂ ਫਿਰ ਦ ਲਾਅ ਮਿਨਿਸਟਰ ਨੂੰ ਦਿੱਤੀ ਗਈ ਹੈ ਹੈਲੋ ਰਾਣੀ ਜੀ ਹਾਊ ਆਰ ਯੂ ਕਿਵੇਂ ਹੋ ਜੀ ਕੀ ਹਾਲ ਚਾਲ ਨੇ ਸੇਤਾ ਕਿਵੇਂ ਨੇ ਤੇ ਠੰਡ ਦਾ ਬਾਏ ਦਿਵੇ ਤੁਹਾਡੇ ਏਰੀਆ ਦੇ ਵਿੱਚ ਕਿੰਨਾ ਡਿਗਰੀ ਟੈਂਪਰੇਚਰ ਚੱਲ ਰਿਹਾ ਅੱਜਕੱਲ ਅੱਜ ਆਈ ਵਾਸ ਰੀਡਿੰਗ ਕਿ ਅਗਲੇ ਹਫਤੇ ਜਿਹੜਾ ਹੈ ਆਪਣਾ ਲਾਂਚਪਾਟ ਦੀ ਜਿਹੜੀ ਹੋਮ ਸਿਟੀ ਹੈ ਲੁਧਿਆਣੇ ਦੇ ਵਿੱਚ ਟੈਂਪਰੇਚਰ ਜਿਹੜਾ ਹੈ that is going to fall to 1 degree 1 degree ਟੈਂਪਰੇਚਰ ਹੋ ਜਾਣਾ ਹੈ ਕੈਨ ਯੂ ਬਲੀਵ ਇਟ ਇਹ ਕੰਮ ਜਿਹੜਾ ਹੈ ਜੀ ਇਹ ਵੀ ਡ੍ਰੌਪ ਦੀ ਮੋਰਮੋਦ ਹੋਈ ਅਸੀਂ ਕਰਾਵਾਂਗੇ ਕਿ ਅਗਰ ਨੋ 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 ਚੀਫ ਜਸਟਿਸ ਆਫ ਇੰਡੀਆ ਨੇ ਜੀ ਪ੍ਰੈਸੀਡੈਂਟ ऑन रिकमेंडेशन ऑन एडवाइस ऑफ चीफ जस्टिस ठीक है ट्रांसफर जो प्रेजिडेंट करता है लेकिन एडवाइस जी इस केस चीफ जस्टिस ऑफ इंडिया तो लिती जाती है एंड चीफ जस्टिस ऑफ इंडिया की रिकमेंडे डन चलिए ओहो हो हो तुप सी थोड़ी जी इधर भी भेज दो लुधियाने है ना इधर तो ओस पैरी सी सवेरे बहुत ठंड है बहुत ठीक है बाकी मेरी रिक्वेस्ट है जी ਸ਼ੇਅਰ ਕਰ ਦਿਓ ਸੈਸ਼ਨ ਨੂੰ ਜਿਹੜੇ ਹੁਣੇ ਆਏ ਨੇ ਠੀਕ ਹੈ ਬਲਾਓ ਫੋਨ ਕਰਕੇ ਆਪਣੇ ਯਾਰਾਂ ਦੋਸਤਾਂ ਨੂੰ ਬਾਕੀ ਫੈਲੋ ਸਟੂਡੈਂਟਸ ਨੂੰ ਬਲਾਓ ਦੇਖੋ ਅੱਜ ਤੁਹਾਡੇ ਗਰੁੱਪ ਦੀ ਤਾਕਤ ਚੈੱਕ ਕੀਤੀ ਜਾਵੇ ਸਾਰੇ ਜਣੇ ਬਲਾਓ ਆਪਣੇ ਆਪਣੇ ਗਰੁੱਪ ਦੇ ਗਰੁੱਪ ਸਟੱਡੀ ਕਰਦੇ ਹੋ ਤੁਸੀਂ ਸਾਰੇ ਜਣੇ ਕੁイズ ਲਾਣੇ ਹੋ ਹੈ ਨਾ ਇਕੱਠੇ ਟੈਲੀਗ੍ਰam ਤੇ ਲਾਂਚਪੈਡ ਸਟੂਡੈਂਟ ਹੈਲਪ ਪੋਸਟ ਬਣਾ ਹੋਇਆ ਹੈ ਹੈ ਨਾ ਉਥੇ ਕੁイズ ਲਾਉਂਦੇ ਨੇ ਬੱਚੇ ਸੋ ਜਿਨ੍ਹਾਂ ਨੇ ਨਹੀਂ ਜੁਆਇਨ ਕੀਤਾ ਜਿਹੜਾ ਸਟੂਡੈਂਟ ਚੈਟ ਗਰੁੱਪ ਹੈ ਲਾਂਚਪੈਡ ਸਟੂਡੈਂਟ ਹੈਲਪ ਪੋਸਟ ਉਹਨੂੰ ਜੁਆਇਨ ਕਰ ਲਓ ਕੁਇਜ਼-ਕੁਇਜ਼ ਲਈ ਰੱਖੋ ਠੀਕ ਹੈ ਡਰੋਂ ਕਾ ਜਿਹਾ ਪੂਰੇ ਦਿਨ ਕੁਐਸਚਨ ਜਿਹੜੇ ਉਹਨੂੰ ਸੋਲਵ ਕਰਦੇ ਰਹੋ ਠੀਕ ਹੈ ਪਠੰਡਾ ਵੈਰੀ ਕੂਲ 4 ਡਿਗਰੀ ਆ ਸਾਡੇ ਅਬੋਹਰ ਕਿਨੂ ਸਿਟੀ ਸਹੀ ਗੱਲ ਹੈ ਗੁੱਡ ਸੋ ਅਗਲੇ ਕੁਐਸਚਨ ਚ ਅੱਛਾ 브ਦਰਹੁੱਡ ਲਿਖ ਰਹੇ ਨੇ ਮੈਂ ਕਿਹਾ 브ਦਰਹੁੱਡ ਕੀ ਲਿਖ ਰਹੇ ਨੇ ਹੁਣ ਮੈਨੂੰ ਸਮਝ ਆਇਆ ਕਿ ਪੁੱਛੇ ਕੁਐਸਚਨ ਦਿੱਤਾ ਹੋਇਆ ਠੀਕ ਹੈ ਫਰੇਟਰਨਿਟੀ ਦਾ ਮੀਨਿੰਗ ਜੋ ਪ੍ਰੀਐਮਬਲ ਦੇ ਵਿੱਚ ਦਿੱਤਾ ਹੈ ਜੀ ए की है जी स्टेटहुड है लव एंड है डेफिनेटली ब्रदरहुड भाईचारा राइट चलिए नेक्स्ट क्वेश्चन थे किसी दी कोई सवाल नहीं है अगला सवाल अपने को आ रहा है अपनी स्क्रीन से क्या है जी द रिकॉल प्रोविजन टू रिमूव द इलेक्टेड ऑफिस बियरस फ्रॉम लोकल सेल्फ गवर्नमेंट इंस्टीट्यूट है ਉਹ ਕਹਿ ਰਹੇ ਨੇ ਅਗਰ ਇਲੈਕਟਿਡ ਆਫਿਸ ਬੀਅਰਰਸ ਜਿਹੜੇ ਹੈ ਲੋਕਲ ਸੈਲਫ ਗਵਰਨਮੈਂਟਸ ਦੇ ਵਿੱਚ ਲੋਕਲ ਦੀ ਸਰਕਾਰ ਇੰਸਟੀਟਿਊਸ਼ਨ ਦੇ ਵਿੱਚ ਉਹਨਾਂ ਨੂੰ ਰਿਕਾਲ ਕੀਤਾ ਜਾ ਸਕਦਾ ਹੈ ਉਹਨਾਂ ਦੀ ਅ ਜਿਹੜੀ ਆਪਣੀ ਪੋਜੀਸ਼ਨ ਹੈ ਉਹਨੂੰ ਰਿਕਾਲ ਕੀਤਾ ਜਾ ਸਕਦਾ ਹੈ ਕਿੱਥੇ ਬਿਹਾਰ ਕੇਰਲਾ ਹਰਿਆਣਾ ਐਂਡ ਮਧਿਆਪ੍ਰਦੇਸ਼ ਲਿੰਕ ਮੈਂਸ਼ਨ ਕਰ ਦਿਓ ਰਾਨੀ ਵੈਸੇ ਤਾਂ ਲਿੰਕ ਤੁਸੀਂ ਟੈਲੀਗ੍ਰਾਮ ਤੇ ਸਰਚ ਕਰੋ ਨਾ ਤੁਹਾਨੂੰ ਮਿਲ ਜਾਏਗਾ ਲਾਂਚਪੈਡ ਸਟੂਡੈਂਟ ਹੈਲਪ ਪੋਸਟ ਠੀਕ ਹੈ ਉੱਤੇ ਉੱਤੇ ਤੁਹਾਨੂੰ ਨਜ਼ਰ ਆ ਜਾਏਗਾ ਇਟ ਹੈਜ਼ ਅ ਲਾਂਚ ਪੈਡ ਲੋਗੋ ਹੈ ਨਾ ਬੱਚੇ ਉਹਦੇ ਵਿੱਚ ਐਡਿਡ ਨੇ ਸੋ ਤੁਸੀਂ ਅਟੈਂਡ ਕਰ ਲਓ ਆਨਸਰ ਹੈ 4 ਮਧੇਪ੍ਰਦੇਸ਼ ਰਾਈਟ ਨਾਉ ਮੈਂ ਇਨ ਲਾਈਵ ਹਾਂ ਤੇ ਆਈ ਕੈਨ ਓਟ ਸ਼ੇਅਰ ਦ ਲਿੰਕ ਹੈਰ ਇਨ ਦ ਕਮੈਂਟਸ ਆਦਰਵਾਈਜ਼ ਮੈਂ ਨਾਮ ਦੱਸ ਦਿੰਦਾ ਹੈ ਫਿਰ ਵੀ ਨਾ ਹੋਵੇ ਤੇ ਫਿਰ ਮੈਨੂੰ ਦੱਸੋ ਠੀਕ ਹੈ ਫਾਈਨ ਨੈਕਸਟ ਸਵਾਲ ਆਪਣੇ ਗੋਲ ਕੀ ਆ ਰਿਹਾ ਹੈ ਵਿਚ ਅਮੰਗ ਦ ਫੋਲੋਇੰਗ ਆਰਗੇਨਾਈਜੇਸ਼ਨ ਕਾਂਗਰਸ ਦੇ ਨਾਲ ਮਰਜ ਹੋ ਗਈ ਸੀ 1886 ਦੇ ਵਿੱਚ অপশনস দেখো ইস্ট ইন্ডিয়া অ্যাসোসিয়েশন ইন্ডিয়ান ন্যাশনাল অ্যাসোসিয়েশন ব্রিটিশ ইন্ডিয়া অ্যাসোসিয়েশন এন্ড ইন্ডিয়ান লীগ গো অন কেڑی অর্গানাইজেশন এনা وچো মার্জ কর গই সি জি ইন্ডিয়ান ন্যাশনাল কংগ্রেস دے نال ওকে জি মোস্ট ওয়েলকাম গো অন গো অন হোয়াট ইজ দা কারেক্ট অ্যানসার অপنے গোল কারেক্ট অ্যানসার হ্যায় জি বি ইন্ডিয়ান ন্যাশনাল ন্যাশনাল অ্যাসোসিয়েশন 1886 ਫਾਰਮੇਸ਼ਨ ਤੋਂ 1 ਸਾਲ ਬਾਅਦ ਜਿਹੜੀ ਹੈ ਆਈਐਨਸੀ ਦੇ ਨਾਲ ਮਿਲ ਗਈ ਸੀ ਬੀ ਆਨਸਰ ਹੈ ਬੀ ਤੁੱਕੇ ਨਹੀਂ ਮਾਰਨੇ ਚਲਿਏ ਅਗਲੇ ਕੁਐਸਚਨ ਤੇ ਈਸਟ ਇੰਡੀਆ ਐਸੋਸੀਏਸ਼ਨ ਦਾ ਬਿਲਕੁਲ ਵੀ ਨਹੀਂ ਹੈ ਨੈਕਸਟ ਔਨ ਦਾ ਸੁਜੈਸ਼ਨ ਆਫ ਰਬਿੰਦਰਨਾਥ ਟੈਗੋਰ ਪਾਰਟੀਸ਼ਨ ਆਫ ਬੰਗਾਲ ਜਿਹੜੀ ਹੋਈ ਸੀ 1905 ਦੇ ਵਿੱਚ ਉਹਨੂੰ ਕਿਹੜਾ ਡੇ ਸੈਲੀਬ੍ਰੇਟ ਕੀਤਾ ਗਿਆ ਸੀਗਾ रक्षाबंधन डे ब्रदरहुड डे इनु सॉलिडेरिटी डे ऑब्जर्व ਕੀਤਾ ਗਿਆ ਸੀ ਇਹਨੂੰ ਬਲੈਕ ਡੇ ऑब्जर्व ਕੀਤਾ ਗਿਆ ਸੀ ਆਦਰਵਾਇਜ਼ ਈਸਟ ਇੰਡੀਆ ਕੰਪਨੀ 1861 ਦੇ ਵਿੱਚ ਫਾਰਮ ਹੋਈ ਸੀ ਦਾਦਾ ਭਾਈ ਨਰੋਜੀ ਦੇ ਦੁਆਰਾ ਹਾਂ ਫਿਰ ਉਹ 85 ਦੇ ਵਿੱਚ ਮਰਜ ਹੋ ਗਈ ਸੀ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਨਹੀਂ ਹੋਈ ਸੀ ਜੀ ਠੀਕ ਹੈ ਕੀ ਹੈ ਜੀ கரੈਕਟ ਆਨਸਰ ਰਕਸ਼ਾ ਬੰਧਨ ਡੇ ਤੋਂ ਹਲਵਾ ਕੁਐਸਚਨ ਹਲਵਾ एकदम ਹਲਵਾ ਠੀਕ ਹੈ ਹੁਣ بار بار ਹਲਵਾ ਜੁੰਗੀ ਕਿਸੇ ਨੂੰ ਪੁਖਤਾ ਨਹੀਂ ਲੱਗ ਜੇਗੀ ਹੈਨਾ ਹਲਵਾ ਤੇ ਪਕੌੜੇ ਵਗੈਰਾ ਵਗੈਰਾ ਵਿਚ ਆਫ ਦਾ ਇਨ ਵਿਚ ਵਿਚ ਆਫ ਦਾ ਫੋਲੋਇੰਗ ਇਅਰ ਰਾਜੀਵ ਗਾਂਧੀ ਪੀਐਮ ਰਾਜੀਵ ਗਾਂਧੀ ਨੂੰ ਅਸੈਸਿਨੇਟ ਕੀਤਾ ਗਿਆ ਸੀ ਮਾਰਿਆ ਸੀ 1989 1990 1991 ਐਂਡ 1992 ਵੀਆਈਪੀ ਸਾਹਿਬ ਰਾਣੀ ਸੁਨੀਲ ਦੁਪਿੰਦਰ ਮਨਿੰਦਰ सुनील फाइन वेरी गुड द बड़ा महत्वपूर्ण इम्पोर्टेंट साल रहा है है ना इस साल दे विच अपनी एक जी है काफी तरक्की कर गई थी न्यू इकोनॉमिक पॉलिसी जड़ी है, एलपीजी पॉलिसी दैट केम अप राइट नेक्स्ट सवाल अमंग दू अमंग svade movement and svade parivar organization uh, achyut nanda sach varupa das swami swami shivananda and pandurang shastri atharwale ena vichon ki ne uh, svadhe movement jdi hai ji onu organize kita si this was organized by pandurang shastri atharwale theek hai ji done ਚੱਲਾ ਨੈਕਸਟ ਕੁਐਸਚਨ ਤੇ ਓਕੇ ਦੇਖੋ ਬਾਕੀ ਜੋ ਵੀ ਸਟੂਡੈਂਟਸ ਨੂੰ ਲੱਗਦਾ ਹੈ ਕਿ ਅਸੀਂ ਸਾਡੇ ਕੋਲ ਟਾਈਮ ਹੈ ਐਂਡ ਆਪਰ ਟੈਸਟ ਸੀਰੀਜ਼ ਐਂਡ ਕੋਰਸਸ ਜਿਹੜੇ ਹੈ ਉਹਦੇ ਵਿੱਚ ਐਨਰੋਲ ਕਰਨਾ ਚਾਹੁੰਦੇ ਚਾਹੁੰਦੇ ਆ ਤਾਂ ਮੈਂ ਦੱਸ ਦਾਂ ਜੀ ਟੈਸਟ ਸੀਰੀਜ਼ ਐਂਡ ਕੋਰਸਸ ਦੇ ਉੱਤੇ ਫਲੈਟ 60% ਜਿਹੜਾ ਹੈ ਜੀ ਉਹ ਲੱਗਾ ਹੋਇਆ ਹੈ ਜਿਹਦੇ ਅੰਦਰ ਟੈਸਟ ਸੀਰੀਜ਼ ਜਿਹੜੀਆਂ ਹੈ ਤੁਹਾਡੇ ਕੋਲ ਅਵੇਲੇਬਲ ਹੈ ਕੇਵਲ ਰੁਪੀਸ 480 ਦੇ ਵਿੱਚ 480 ਦੇ ਵਿੱਚ ਟੈਸਟ ਸੀਰੀਜ਼ ਅਵੇਲੇਬਲ ਹੈ ਤੇ ਇਹ ਤੁਸੀਂ ਆਪਣੀ ਕਨਵੀਨੀਅੰਸ ਦੇ ਟੈਸਟ ਜਿਹੜੇ ਹੈ ਇਹਨਾਂ ਨੂੰ ਦੇ ਸਕਦੇ ਹੋ ਠੀਕ ਹੈ ਪੂਰੀ ਆਨਸਰ ਦੀ ਡਿਟੇਲਡ ਐਕਸਪਲੇਨੇਸ਼ਨ ਦੇ ਨਾਲ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਤੇ ਇਸ 60% ਨੂੰ ਲਗਾਉਣ ਲਈ ਤੁਸੀਂ ਕੋਡ ਜਿਹੜਾ ਯੂਜ਼ ਕਰਨਾ ਹੈ ਜੀ ਐਲਪੀ ਨਿਕਿਤਾ ਕੋਡ ਯੂਜ਼ ਕਰਨਾ ਹੈ ਆਦਰਵਾਈਜ਼ 60% ਆਫ ਨਹੀਂ ਮਿਲੇਗਾ ਕਿੱਥੇ ਜਾ ਕੇ ਸਾਡੀ ਵੈਬਸਾਈਟ launchpadeducation.in ਤੇ ਉੱਪਰ ਦੇਖ ਲਓ ਤੁਹਾਨੂੰ ਵੈਬਸਾਈਟ ਲਿਖ ਕੇ ਦੇ ਰੱਖੀ ਹੈ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਐਂਡ ਅਗਰ ਟੈਸਟ ਸੀਰੀਜ਼ ਐਂਡ ਕੋਰਸਸ ਦੋਨੋਂ ਵਿੱਚ ਜਾਣਾ ਹੈ ਤੁਹਾਨੂੰ ਲੱਗ ਰਿਹਾ ਕਿ ਯਾਰ ਮੈਂ ਸੈਲਫ ਸਟਡੀ ਨਹੀਂ ਆਪਾਂ ਕਰ ਸਕਦੇ ਆਪਾਂ ਨੂੰ ਇੱਕ ਪੂਰਾ ਪਲਾਨਡ ਸਟਰਕਚਰ ਚਾਹੀਦਾ ਹੈ ਤਾਂ ਰੁਪੀਏ 1200 ਦੇ ਵਿੱਚ ਟੈਸਟ ਸੀਰੀਜ਼ ਐਂਡ ਕੋਰਸਸ ਦੋਨੋਂ ਹੀ ਅਵੇਲੇਬਲ ਨੇ ਠੀਕ ਹੈ ਇਹ ਬੇਸਿਕ ਕੁਐਸਚਨਸ ਐ ਬੜੇ ਇਹ ਕੁਐਸਚਨਸ ਨਹੀਂ ਆਂਦੇ ਤਾਂ ਗੈਟ ਯੋਰself ਐਨਰੋਲਡ ਐਂਡ ਪੂਰੀ ਕਾਰਗਨਾਈਜ਼ਡ ਮੈਨਰ ਦੇ ਨਾਲ ਤਿਆਰੀ ਜਿਹੜੀ ਉਹ ਕੀਤੀ ਜਾਏਗੀ ਫਾਈਨ ਨੈਕਸਟ ਦੇਖੋ ਸਵਾਲ ਇਨ ਵਿਚ ਇਅਰ ਕੈਪੀਟਲ ਆਫ ਇੰਡੀਆ ਜਿਹੜੀ ਹੈ ਉਹ ਦਿੱਲੀ ਟੂ ਕੋਲਕਾਤਾ ਸ਼ਿਫਟ ਕੀਤੀ ਗਈ ਸੀ 1910 1911 1915 ਐਂਡ 1970 अगर ਤੁਹਾਨੂੰ ਕੋਈ ਵੀ ਡਾਊਟਸ ਲੱਗ ਰਹੇ ਹੈ ਕੋਈ ਚੀਜ਼ ਸਮਝ ਨਾ ਆ ਰਹੀ ਹੈ ਰਿਲੇਟਡ ਟੂ ਟੈਸਟ ਸੀਰੀਜ਼ ਜਾਂ ਕੁਝ ਵੀ 100% ਤੁਸੀਂ ਸਾਰੇ ਮੈਨੂੰ ਪੁੱਛ ਸਕਦੇ ਹੋ ਕਮੈਂਟਸ ਦੇ ਵਿੱਚ ਠੀਕ ਹੈ ਐਨੀ ਡਾਊਟ ਯੂ ਹੈਵ ਠੀਕ ਹੈ ਬਟ ਪੇਪਰ ਜਿਹੜਾ ਹੈ ਉਹਨੂੰ ਛੱਡਣਾ ਨਹੀਂ ਹੈ ਕਿਸੇ ਵੀ ਸੂਰਤ ਦੇ ਵਿੱਚ ਆਨਸਰ ਹੈ 1911 ਉਹ ਕੋਈ ਕਹੇਗਾ ਪੇਪਰ ਭਾਵੇਂ ਸਰ ਨੂੰ ਛੱਡਦੇ ਹੈ ਨਾ ਪੀਟ੍ਰਲ ਐਸ ਵੀ ਰਾਈਟ ਨੈਕਸਟ ਸਵਾਲ ਕੀ ਆ ਰਿਹਾ ਹੈ ਆਪਣੇ ਕੋਲ ਹੂ ਅਮੰਗ ਦਾ ਫੋਲੋਇੰਗ ਸੋਸ਼ਲ ਰਿਫਾਰਮਰਸ ਆਫ ਮਹਾਰਾਸ਼ਟਰਾ ਨੇ ਲੀਡਰਸ਼ਿਪ ਰੋਲ ਪਲੇ ਕੀਤਾ ਸੀ ਆ ਧਿਆਨ ਪ੍ਰਕਾਸ਼ инду ਪ੍ਰਕਾਸ਼ ਤੇ ਲੋਕ ਹਿਤਵਾਦੀ ਵਰਗੇ ਪੀਰੀਆਡਿਕਲਸ ਜਿਹੜੇ ਹੈ ਮਹਾਰਾਸ਼ਟਰਾ ਦੇ ਵਿੱਚ ਉਹਨਾਂ ਨੂੰ ਫਾਊਂਡ ਕਰਨ ਲਈ ਬਿਲਕੁਲ 1911 ਦੇ ਵਿੱਚ ਜਦੋਂ ਲਾਰਡ ਹਾਰਡਿੰਚ ਦਾ ਰਾਜ ਸੀਗਾ ਵੀ ਆਈ ਪੀ ਜਨ ਸਾਹਬ ਮੁਨੀਸ਼ ਰਾਣੀ ਟੋਪਰ ਸੋ ਹਾਂ ਪਾਰਟੀਸ਼ਨ ਆਫ ਬੰਗਾਲ ਇਹਨਾਂ ਲਈ ਹੋਈ ਸੀ 1911 ਦੇ ਵਿੱਚ ਸਹੀ ਗੱਲ ਹੈ। ਆਰਜੀ ਵੰਡਾਰਕਰ, ਐਮਜੀ ਰਾਣਾਡੇ, ਗੋਪਾਲ ਹਰੀ ਦੇਸ਼ਮੁਖ ਐਂਡ ਬਾਲ ਗੰਗਾਧਰ ਤਿਲਕ ਗੋ ਆਨ। ਕੀ ਹੈ ਜੀ கரੈਕਟ ਆਨਸਰ ਸੀ? ਗੋਪਾਲ ਹਰੀ ਦੇਸ਼ਮੁਖ ਠੀਕ ਹੈ। ਇਹ ਲੋਕ ਹਿਤਵਾਦੀ ਦੇ ਨਾਲ ਹੀ ਤੁਹਾਨੂੰ ਜਿਹੜਾ ਹੈ ਉਹ ਅੰਡਰਸਟੂਡ ਹੋ ਜਾਣਾ ਚਾਹੀਦਾ ਹੈ ਸਮਝ ਜਾਣਾ ਚਾਹੀਦਾ ਹੈ ਕਿ ਹਾਂਜੀ ਕੀ ਦੀ ਗੱਲ ਹੋ ਰਹੀ ਹੈ ਡਨ ਚੱਲਾ ਨੈਕਸਟ ਕੁਐਸਚਨ ਤੇ ਫਾਈਨ ਇਨ ਵਿਚ ਇੰਦਰਾ ਮੁਜੇਬ ਟ੍ਰੀਟੀ ਜਿਹੜੀ ਹੈ ਜੀ ਉਹ ਐਕਸਪਾਇਰ ਹੋਈ ਸੀ ਸੋ ਇਹ ਕਿਹੜੀ ਦੋ ਕੰਟਰੀਜ਼ ਦੇ ਵਿੱਚ ਦੀ ਟ੍ਰੀਟੀ ਹੈ ਬਾਏ ਦਾ ਵੇ 1992 1995 1997 ਐਂਡ 2000 ਕੌਨ ਦਿਸ ਟ੍ਰੀਟੀ ਗਾਟ ਐਕਸਪਾਇਰਡ ਇਨ ਵਿਚ ਈਅਰ ਇਹ ਟ੍ਰੀਟੀ ਐਕਸਪਾਇਰ ਹੋਈ ਸੀ ਸਾਲ 1997 ਦੇ ਵਿੱਚ ਠੀਕ ਹੈ 1997 ਦੇ ਵਿੱਚ ਜਿਹੜੀ ਹੈ ਇੰਦਰਾ ਮੁਜੀਬ ਟ੍ਰੀਟੀ ਜਿਹੜੀ ਹੈ ਇਹਨੇ ਬਾਰਡਰ ਜਿਹੜਾ ਹੈ ਜੀ ਡਿਸਾਈਡ ਕੀਤਾ ਸੀ ਇੰਡੀਆ ਤੇ ਹੋਰ ਕਿਹੜੇ ਦੇਸ਼ ਦਾ ਗੋਆਨ ਫਿਰ ਐਕਸਪਾਇਰ ਹੋ ਗਈ ਸੀ ਕਿਹੜੇ ਦੇਸ਼ ਦੇ ਨਾਲ ਯਾਦ ਕਰਾਵਾ ਕਿਨੇ ਸਾਈਨ ਕੀਤੀ ਸੀ ਕੀ ਇੰਡੀਆ ਤੇ ਅਦਰ ਕੰਟਰੀ ਦੇ ਨਾਲ ਬਿਲਕੁਲ 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 ਸ਼ਾਬਾਸ਼ ਨੈਕਸ ਸਵਾਲ ਬਾਏ ਦੂ who among the following was the leader of maha gujarat movement absolutely india plus bangladesh very good so leader of maha gujarat movement kaun si the sardar patel indulal yagnik uh, sabji bhai korat and vinubhai patel leader of maha gujarat movement inna vichon kaun si द वेरी इंपोर्टेंट लीडर ऑफ महागुजरात मूवमेंट वाज इंदु लाल यज्ञनिक है ना आंदा ही होएगा क्वेश्चन है ना सेल्फ स्टडी कर रहे हो डेफिनेटली आना चाहिए नहीं आ रहा तो तैयारी में गड़बड़ है सोचो सोचो ये सारे क्वेश्चंस थोड़े ऑन टिप्स होने चाहिए है अगला सवाल हु अमंग द फॉलोइंग वाज द वर्क व्हिच अमंग द फॉलोइंग वाज द वर्क फील्ड ऑफ जीवनदास ਜੀਵਨ ਜੀਵਨੰਦਾ ਦਾਸ ਜੋੜਾ ਕੀ ਬੰਗਾਲ ਆਈਕਨ ਸੀ ਇਹ ਸੋਸ਼ਲ ਸਰਵਿਸ ਕਰਦੇ ਸੀਗੇ ਦੈਨ ਆਪਣੇ ਕੋਲ ਆ ਰਹੇ ਇਹ ਲਿਟਰੇਚਰ ਦੇ ਫੀਲਡ ਦੇ ਵਿੱਚ ਕੰਮ ਕਰਦੇ ਸੀ ਇਹ ਸਾਇੰਸ ਐਂਡ ਟੈਕਨੋਲੋਜੀ ਦੇ ਫੀਲਡ ਦੇ ਵਿੱਚ ਕੰਮ ਕਰਦੇ ਸੀ ਇਹ ਜਨਰਲਿਸ ਜਰਨਲਿਜ਼ਮ ਜਿਹੜਾ ਹੈ ਉਹਦੇ ਲਵਰ ਸੀ ਕਿ ਜਰਨਲਿਜ਼ਮ ਜਿਹੜਾ ਹੈ ਉਹਦੇ ਵਿੱਚ ਇਹਨਾਂ ਦਾ ਕੰਟ੍ਰਿਬਿਊਸ਼ਨ ਰਿਹਾ ਹੈ ਬੜਾ ਸਿੰਪਲ ਜਵਾਬ ਹੈ ਲਿਟਰੇਚਰ ਬਹੁਤ ਸਾਰੇ ਬੰਗਾਲੀ ਪੀਰੀਆਡਿਕਲਸ ਬੰਗਾਲੀ ਨੋਵਲ ਜਿਹੜੀਆਂ ਹੈ ਜੀ ਇਹਨਾਂ ਦੁਆਰਾ ਲਿਖੀਆਂ ਗਈਆਂ ਹੈ ਡਨ ਫਾਈਨ ਨੈਕਸਟ ਸਵਾਲ ਕੀ ਆ ਰਿਹਾ ਆਪਣੇ ਕੋਲ ਹੂ ਅਮੰਗ ਦ ਫੋਲੋਇੰਗ ਪਬਲਿਸ਼ਡ ਲੀਡਰਸ ਫੋਲੋਇੰਗ ਲੀਡਰਸ ਪਬਲਿਸ਼ ਸੰਬਦ ਕੌਮਦੀ ਸੰਬਦ ਕੌਮਦੀ ਕਿਹਦੇ ਦੁਆਰਾ ਪਬਲਿਸ਼ ਕੀਤੀ ਗਈ ਹੈ ਰਾਜਾ ਰਾਮ ਮੋਹਨ ਰਾਏ ਦਿਆਨੰਦ ਸਰਸਵਤੀ ਈਸ਼ਵਰ ਚੰਦਰ ਵਿਦਿਆ ਸਾਗਰ ਐਂਡ ਗੰਗਾ ਕਿਸ਼ੋਰੀ ਭੱਟਾ ਚਾਰਿਆ ਸੰਬਦ ਕਾਮਦੀਬ ਸਭ ਤੋਂ ਈਜ਼ੀ ਸੰਬਦ ਕਾਮਦੀ ਹੈ ਸੰਬਦ ਕਾਮਦੀ ਬਾਰੇ ਕਿਦਾਂ ਹੈ ਜਦ ਅਸੀਂ ਬ੍ਰਹਮੋ ਸਮਾਜ ਨਹੀਂ ਕਰਦੇ ਦੇਖ ਲਓ ਬਿਲਕੁਲ ਰਾਜਾ ਰਾਮ ਮੋਹਨ ਰాయ ਜਦ ਬ੍ਰਹਮੋ ਸਮਾਜ ਸਾਰਿਆਂ ਨੂੰ ਆਂਦਾ ਹੈ ਹੈਨਾ ਸੋ ਰਾਜਾ ਰਾਮ ਮੋਹਨ ਰాయ ਦੇ ਦੁਆਰਾ ਹੀ ਸੰਬਦ ਕਾਮਦੀ ਜਿਹੜੀ ਹੈ ਉਹਨੂੰ ਪਬਲਿਸ਼ ਕੀਤਾ ਗਿਆ ਹੈ ਫਾਈਨ ਨੈਕਸਟ ਸਵਾਲ ਦੇਖੋ ਇਨ ਵਿਚ ਆਫ ਦਾ ਫੋਲੋਇੰਗ ਸੈਸ਼ਨਸ ਦਾ ਕੰਸੈਸ਼ਨ ਵਾਸ 기ਵਨ ਬਾਈ ਦਾ ਕਾਂਗਰਸ ਟੂ ਮੁਸਲਿਮ ਲੀਗ ਜਦੋਂ ਉਹਨਾਂ ਨੇ ਸੈਪਰੇਟ ਇਲੈਕਟੋਰੇਟਸ 1916 ਦੇ ਵਿੱਚ ਐਕਸੈਪਟ ਕਰ ਲਏ ਸੀ ਹੈਨਾ ਸੋ ਬ੍ਰਿਟਿਸ਼ ਮੁਸਲਿਮ ਲੀਗ ਜਿਹੜੀ ਹੈ ਸੈਪਰੇਟ ਇਲੈਕਟੋਰੇਟਸ ਹਨ ਨੂੰ ਦਿੱਤੇ ਗਏ ਸੀਗੇ 1916 ਦੇ ਵਿੱਚ ਇੱਕ ਕਿਹੜਾ ਸੈਸ਼ਨ ਸੀਗਾ ਇਹ ਕਾਂਗਰਸ ਦਾ ਸੈਸ਼ਨ ਸੀ ਅਲਾਹਾਬਾਦ ਦਾ ਸੀ ਲਖਨਊ ਦਾ ਸੀ ਜਾਂ ਫਿਰ ਲਾਹੌਰ ਦਾ ਸੀ ਪ੍ਰਮੋਸ ਸਮਾਜ 1828 ਐਂਡ ਮਿਰਤ ਉਲ ਅਖਬਰ ਵੀ ਐਸੋਸੀਏਟਡ ਹੈ ਰਾਜਾ ਰਾਮ ਮੋਹਨ ਰਾਇ ਦੇ ਨਾਲ ਹੀ 1916 ਲਖਨਊ ਸੈਸ਼ਨ ਡਨ ਕੋਈ ਡਾਊਟ ਨਹੀਂ ਹੈ ਕਿਸੇ ਨੂੰ ਫਾਈਨ ਨੈਕਸਟ ਸਵਾਲ ਦੇਖੋ ਓਨਲੀ ਮੈਡ ਮੈਨ ਆਊਟਸਾਈਡ ਲੂਨੈਟਿਕ ਅਸਾਈਲਮਸ ਇਸ ਸਟੇਟਮੈਂਟ ਕਿਨੇ ਦੁਆਰਾ ਕਿਦੇ ਦੁਆਰਾ ਦਿੱਤੀ ਗਈ ਹੈ ਮੈਡ ਮੈਨ ਆਊਟਸਾਈਡ ਲੂਨੈਟਿਕ ਅਸਾਈਲਮਸ ਜਿਹੜੇ ਹੈ ਉਹ ਇੰਡੀਪੈਂਡੈਂਸ ਦੀ ਗੱਲ ਕਰ ਸਕਦੇ ਹੈ ਯਾਨੀ ਕਿ ਪਾਗਲ ਹੀ ਸਿਰਫ ਇੰਡੀਪੈਂਡੈਂਸ ਦੀ ਗੱਲ ਕਰ ਸਕਦੇ ਹੈ ਲਾਰਡ ਹਾਰਡਿੰਚ ਬਾਲ ਗੰਗਾਧਰ ਤਿਲਕ ਗੋਪਾਲ ਕ੍ਰਿਸ਼ਨ ਗੋਖਲੇ ਐਂਡ ਫਿਰੋਜ਼ ਸ਼ਾਹ ਮਹਿਤਾ ਆਊਟਸਾਈਡ ਯੂ ਲੂਨੈਟਿਕ ਐਸਾਈਲੈਂਸ ਕੁਡ ਥਿੰਕ অর ਟਾਕ ਆਫ ਇੰਡੀਪੈਂਡੈਂਸ ਸੋ ਇੰਡੀਪੈਂਡੈਂਸ ਬਹੁਤ ਕੁਝ ਜਿਹੜਾ ਹੈ ਡਿਮਾਂਡ ਕਰਦੀ ਹੈ ਇਸ ਸਟੇਟਮੈਂਟ ਜਿਹੜੀ ਕਹੀ ਗਈ ਹੈ ਗੋਪਾਲ ਕ੍ਰਿਸ਼ਨ ਗੋਖਲੇ ਦੇ ਦੁਆਰਾ ਆਂਦਾ ਸੀ ਇਹ ਕੁਐਸਚਨ ਸਾਰਿਆਂ ਨੂੰ ਥੰਬਸ ਅਪ ਦਿਓ ਜਿਨ੍ਹਾਂ ਨੂੰ ਆਂਦਾ ਸੀ ਇਹ ਕੁਐਸਚਨ ਗੋ ਆਨ ਬਈ ਸੈਸ਼ਨ ਤੇ ਲਾਈਕ ਦਾ ਬਟਨ ਦਬ ਦਿਓ ਜਿਨ੍ਹਾਂ ਨੇ ਹੁਣੇ-ਹੁਣੇ ਜੁਆਇਨ ਕੀਤਾ ਹੈ ਐਂਡ ਮੇਰੀ ਇੱਕ ਬੇਨਤੀ ਹੈ ਟੂ ਸ਼ੇਅਰ ਦਾ ਸੈਸ਼ਨ ਟੂ ਦਾ ਮੈਕਸਿਮਮ ਸੈਸ਼ਨ ਨੂੰ ਜਿੰਨਾ ਜ਼ਿਆਦਾ ਜਿਹੜਾ ਹੈ ਅ ਸ਼ੇਅਰ ਕਰੋਗੇ ਹੈਨਾ ਓਨੇ ਜ਼ਿਆਦਾ ਸਟੂਡੈਂਟਸ ਜੁਆਇਨ ਕਰਨਗੇ ਓਨਾ ਜ਼ਿਆਦਾ ਤੁਹਾਡਾ ਹੌਸਲਾ ਵਧੇਗਾ ਓਨਾ ਜ਼ਿਆਦਾ ਸਾਡਾ ਹੌਸਲਾ ਵਧੇਗਾ ਐਂਡ ਸੈਸ਼ਨਸ ਤੁਹਾਡੇ ਤੱਕ 100% ਜਿਹੜੇ ਹੈ ਉਹ ਆਉਣਗੇ ਠੀਕ ਹੈ ਸੋ ਪਲੀਜ਼ ਸ਼ੇਅਰ ਦਾ ਸੈਸ਼ਨ ਇੰਨੀ ਕਿ ਮੇਰੀ ਰਿਕੁਐਸਟ ਹੈ ਰਾਈਟ ਅਗਲੇ ਸਵਾਲ ਤੇ ਆਪਾਂ ਚੱਲ ਰਹੇ ਹਾਂ ਕਿ ਆਇਆ ਅਗਲਾ ਸਵਾਲ ਆਫਟਰ ਇੰਡੀਪੈਂਡੈਂਸ ਇੰਡੀਆ ਡਿਸਟਿੰਕਟਿਵ ਪੁਆਇੰਟਸ ਕਿਹੜੇ ਸਾਲ ਦੇ ਵਿੱਚ ਲੈ ਕੇ ਆਏ ਸੀ 1947 1949 1950 ਐਂਡ 1955 ਡਿਸਟਿੰਕਟਿੰਗ ਕੋਇਨਸ ਡਿਸਟਿੰਕਟਿਵ ਕੋਇਨਸ ਇੰਡੀਆ ਲੈ ਕੇ ਆਇਆ ਸੀ ਕਿਹੜੇ ਸਾਲ ਦੇ ਵਿੱਚ politcal guru of mahatma gandhi also ਬਿਲਕੁਲ கரੈਕਟ ਆਨਸਰ ਹੈ ਆਪਣਾ ਸੀ 1950 1950 ਦੇ ਵਿੱਚ ਇੰਡੀਆ ਜਿਹੜਾ ਹੈ ਆਫਟਰ ਇੰਡੀਪੈਂਡੈਂਸ ਡਿਸਟਿੰਕਟਿਵ ਕੋਇਨ ਜਿਹੜੇ ਹੈ ਜੀ ਉਹਨੂੰ ਲੈ ਕੇ ਆਇਆ ਸੀ ਡਨ चलिए फाइन अगला सवाल देखो हु अमंग द फॉलोइंग पहले रेवोल्यूशन revolution, पहली रेवोल्यूशनरी ऑर्गनाइजेशन जी पहली रेवोल्यूशनरी ऑर्गेनाइजेशन रही है बेंगोल एवरी वन हिंदुस्तान सोशलिस्ट पार्टी अनुशीलन समिति देन अपने को लास्ट आ रहा uh, देन इंडिया हाउस एंड लास्ट अपने को आ है जुगान पार्टी सो so, अर्लीएसट फर्स्ट रेवल्यूशनरी पार्टी जी है दैट वॉज अनुशान समिति फाइन डन कोई डाउट नहीं ओके okay जी अगला सवाल देखो पीपाली इन बेंगोल इन्हों किस ये किस चीज़ जानी जाती है वॉट इज़ पीपाली ए पहली डच फैक्टरी से पहली पोर्टूगीज की फैक्टरी सी फ्रेंच की पहली फैक्टरी सी एंड ब्रिटिशर्स की पहली फैक्ट्री सी बहुत ईजी क्वेश्चन है पिपाली इन बंगाल किदे नाल एसोसिएटेड है डच पुर्तगाइज फ्रेंच एंड ब्रिटिशर्स फाइन ग्रेट ग्रेट आई होप सारेनु याद हो रहा है सेशन पे लाइक का बटन जरूर दब दो जिन्होंने लग रहे हैं कि हां चीजें लर्न हो रही हैं आंसर है जी अपना ए फर्स्ट डच फैक्ट्री जड़ी है ओ पेपाली वार्ड के नाल एसोसिएटेड है नो 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 पुर्तगाइज फ्रेंच नहीं है इट इज ए डच फाइन ਚੱਲਾ ਨੈਕਸਟ ਕੁਐਸਚਨ ਤੇ ਕਿਸ ਨੂੰ ਕੋਈ ਡਾਊਟ ਨਹੀਂ ਹੈ ਓਕੇ ਜੀ ਅਗਲਾ ਸਵਾਲ ਅਕੋਰਡਿੰਗ ਟੂ ਫਿਸਕਲ ਆਟੋਨੋਮੀ ਆਫ ਇੰਡਿਆ ਇਨ ਇਹਨਾਂ ਵਿੱਚੋਂ ਕਿਹੜੇ ਸਾਲਾਂ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਇੰਡੀਅਨ ਫਿਸਕਲ ਕਮਿਸ਼ਨ ਪ੍ਰੀ ਇੰਡੀਪੈਂਡੈਂਸ ਇਰਾਦੇ ਵਿੱਚ ਬਣਾਈ ਸੀ 1919 1920 1925 ਐਂਡ 1930 ਕਿਹੜੀ ਫਿਸਕਲ ਕਮਿਸ਼ਨ ਪ੍ਰੀ ਇੰਡੀਪੈਂਡੈਂਸ ਇੰਡੀਆ ਦੇ ਵਿੱਚ ਤਾਂ ਕਿ ਫਿਸਕਲ ਜੋ ਇੰਡੀਆ ਹੈ ਉਹਨੂੰ ਸਟੱਡੀ ਕੀਤਾ ਜਾ ਸਕੇ ਠੀਕ ਹੈ ਸੋ ਦਿਸ ਵਾਸ ਡਨ ਬਾਈ ਡਨ ਇਨ ਈਅਰ ਇਹ ਕੀਤਾ ਗਿਆ ਸੀਗਾ ਜੀ 1919 ਦੇ ਵਿੱਚ ਮੌਨਟੈਗਿਊ ਚੈਂਸਫੋਰਡ ਰਿਫਾਰਮਸ ਦੇ ਵਿੱਚ ਠੀਕ ਹੈ ਫਰਸਟ ਫਿਸਕਲ ਕਮਿਸ਼ਨ ਜਿਹੜੀ ਹੈ ਪ੍ਰੀ ਇੰਡੀਪੈਂਡੈਂਸ ਯ era ਦੇ ਵਿੱਚ ਨੂੰ ਸਟਾਰਟ ਕੀਤਾ ਗਿਆ ਸੀ ਅਗਲਾ ਸਵਾਲ ਇਹਨਾਂ ਵਿੱਚੋਂ ਕਿਹੜਾ ਲੀਡਰ ਰਿਹਾ ਹੈ 1857 ਦੇ ਰਿਵੋਲਟ ਦਾ ਅਲਾਹਾਬਾਦ ਦੇ ਵਿੱਚ ਲਿਆਕਤ ਅਲੀ ਮੌਲਵੀ ਅਹਿਮਦੁੱਲਾ ਬਿਰਜਸ ਕਾਦਰ ਬਿਰਜਸ ਕਾਦਰ ਐਂਡ ਖਾਨ ਬਹਾਦਰ ਲੀਡਰ ਜਿਨ੍ਹਾਂ ਨੇ ਰਿਵੋਲਟ ਜਿਹੜਾ ਹੈ 1857 ਦਾ ਅਲਾਹਾਬਾਦ ਤੋਂ 리ਡ ਕੀਤਾ ਸੀ that was لیاقت ਅਲੀ ਖਾਨ ਹੈ ਨਾ ਬੇਗਮ ਹਜ਼ਰਤ ਮਹਿਲ ਨੇ ਕਿਤੋਂ ਕੀਤਾ ਸੀ ਕੁੰਵਰ ਸਿੰਘ ਨੇ ਕਿਤੋਂ ਕੀਤਾ ਸੀ ਐਂਡ ਇੱਕ ਤੀਸਰਾ ਕੁਐਸਚਨ ਕਿ ਰਿਵੋਲਟ ਆਫ 1857 ਤੋਂ ਬਾਅਦ ਜਿਹੜੇ ਲੋਕ ਹੈ ਉਹਨਾਂ ਨੇ ਕਿਹਨੂੰ ਆਪਣਾ ਲੀਡਰ ਡਿਕਲੇਅਰ ਕਰਨ ਦਾ ਡਿਸਾਈਡ ਕੀਤਾ ਸੀ ਕਿ ਇਹਦੀ ਲੀਡਰਸ਼ਿਪ ਦੇ ਅੰਡਰ ਜਿਹੜਾ ਹੈ ਉਹ ਕੰਮ ਕਰਨਗੇ ਕੀ ਦੀ ਲੀਡਰਸ਼ਿਪ ਅੰਡਰ ਕੀਤਾ ਸੀ ਅਗਲਾ ਸਵਾਲ who was the founder of servants of india society at pune servants of india society pune ਦੇ ਫਾ ਪੁਨੇ ਦੇ ਵਿੱਚ ਦੇ ਫਾਉਂਡਰ ਕੌਣ ਰਹੇ ਹਨ ਜੀ ਕੇ ਦੇਵਾਧਰ ਵੀਰਸ लिंगम ਪਾਂਟੂਲੂ ਗੋਪਾਲਕ੍ਰਿਸ਼ਨ ਗੋਖਲੇ ਬਹਿਰਾਮ ਜੀ ਐਮ ਮਾਲਾਬਈ ਬਹੁਤ ਇਜ਼ੀ ਕੁਐਸਚਨ ਹੈ ਬਿਲਕੁਲ ਲਖਨਊ ਤੋਂ ਬੇਗਮ ਹਜ਼ਰਤ ਮਹਿਲ ਨੇ ਕੀਤਾ ਸੀ ਕੁੰਵਰ ਸਿੰਘ ਨੇ ਕੀਤਾ ਸੀ ਬਿਹਾਰ ਤੋਂ ਗੁੱਡ ਤੇ ਕਿਹਨੂੰ ਲੀਡਰ ਡਿਕਲੇਅਰ ਕੀਤਾ ਗਿਆ ਸੀਗਾ सर्वेंट्स ऑफ इंडिया सोसाइटी के फाउंडर हरिया प्यारे गोपाल कृष्ण गोखले नीरज गुड मुनीश नेक्स्ट सवाल इज द फादर ऑफ सिविल सर्विसेज इन इंडिया हलवा क्वेश्चन बहुत इजी क्वेश्चन है जॉर्ज बार्लो लॉर्ड मिंटो वन लॉर्ड वेलिसली एंड लॉर्ड कॉर्नवालिस बहुत इजी सवाल है जी दिस वॉज लॉर्ड कॉन वॉलिस नेक्स्ट सवाल अपने को आ रहा है अगला सवाल देखो वाइस रॉय जो साइमन तो कमीशन इंडिया के आया हाँ, हाँ। बहादुर शाह जफर उन्होंने लीडर डिकलेयर करने की गल की लॉर्ड हार्डिंस टू चेम्सफोर्ड लॉर्ड इरविन एंड लॉर्ड मिंटो टू सो जो साइमन तो कमीशन इंडिया आए थे उस वक्त गवर्नर जनरल कौन सी लॉर्ड इरविन फाइन ग्रेट अगला सवाल देखो रासा गंगा धर्म किसके द्वारा लिखी गई है भीमसेन सुजान राय सुजान राय पद्मशंकर एंड जगन्नाथ पंडित रासा गंगा धर्म इज इट इज एसोसिएटेड विद जगन्नाथन पंडित फाइन ओके जी नेक्स्ट सवाल देखो ਦ ਆਰਡੀਨੈਂਸ issued by the governor ਇਹਦੇ ਵਿੱਚ ਤੇ ਕਿਹਦਾ ਅਪਰੂਵਲ ਚਾਹੀਦਾ ਹੁੰਦਾ ਹੈ ਪ੍ਰੈਜ਼ੀਡੈਂਟ ਸਟੇਟ ਲੈਜਿਸਲੇਚਰ ਦਾ ਸਟੇਟ ਕਾਉਂਸਲ ਆਫ ਮਿਨਿਸਟਰ ਦਾ ਐਂਡ ਪਾਰਲੀਮੈਂਟ ਦਾ ਆਰਡੀਨੈਂਸ ਜਿਹੜਾ ਹੈ ਗਵਰਨਰ ਜੋ ਗਵਰਨਰ ਨੇ issue ਕੀਤਾ ਹੈ ਇਹਦੇ ਵਿੱਚ ਫਾਈਨਲ ਕੰਸੈਂਟ ਜਿਹੜਾ ਹੈ ਉਹ ਰਿਕੁਆਇਰਡ ਹੁੰਦਾ ਹੈ ਸਟੇਟ ਲੈਜਿਸਲੇਚਰ ਦਾ ਜਿਵੇਂ ਸੈਂਟਰ ਦੇ ਵਿੱਚ ਕੈਬਨਿਟ ਉਹ ਜਿਹੜਾ ਹੈ ਉਹ ਰਿਸਪੌਂਸਿਬਲ ਹੁੰਦਾ ਹੈ ਰਾਈਟ ਸੋ ਲਦਾਖ ਇਸ ਆਲਸੋ ਕਾਲਡ ਲਿਟਲ ਟਿਟਲ ਟਿਬਤ ਪਹਿਲੀ ਸਟੇਟਮੈਂਟ ਕਿਹੜੀ ਸਟੇਟਮੈਂਟ கரੈਕਟ ਹੈ ਲੋਕਲ ਵਰਜਨ ਆਫ ਤਿੱਬਤ ਨੈਸ਼ਨਲ ਐਪਿਕ ਕੇਸਰ ਸਾਗਾ ਜਿਹੜਾ ਹੈ ਉਹ ਮੁਸਲਿਮਸ ਦੇ ਬੁੱਧਿਸਟ ਜੋ ਲੱਦਾਖ ਵਿੱਚ ਰਹ ਰਹੇ ਹੈ ਦੋਨਾਂ ਦੇ ਦੁਆਰਾ ਕੀਤਾ ਜਾਂਦਾ ਹੈ ਸੋ ਵਿਚ ਆਫ ਦ ਅਫ ਫੋਲੋਇੰਗ ਸਟੇਟਮੈਂਟ ਇਸ கரੈਕਟ ਅਬਾਊਟ ਲੱਦਾਖ ਲੱਦਾਖ ਦੀ ਕਹਾਣੀ ਤੁਹਾਨੂੰ ਪਤਾ ਹੈ ਸੋ ਦੋਨੋਂ ਹੀ ਸਟੇਟਮੈਂਟ ਜਿਹੜੀਆਂ ਹੈ ਉਹ கரੈਕਟ ਹੈ ਸੋ ਅਗਰ ਕਿਸ ਨੂੰ ਨਹੀਂ ਪਤਾ ਕਿ ਕੇਸਰ ਸਾਗਾ ਕੀ ਹੈ ਜੀ ਏ ਆ ਐਪਿਕ ਹੈ ਵਿਚ ਇਸ ਪਰਫਾਰਮਡ ਐਂਡ ਸੰਗ ਗਾਇਆ ਵੀ ਜਾਂਦਾ ਹੈ ਠੀਕ ਹੈ ਜੀ ਨੈਕਸਟ ਦੇਖੋ ਸਮ ਸਟੇਟਸ ਆ ਕ੍ਰੀਏਟਿਡ ਨਾਟ ਔਨ ਦਾ ਬੇਸਿਸ ਆਫ ਲੈਂਗੁਏਜ ਇਨ ਇਨਾ ਵਿੱਚੋਂ ਕਿਹੜੀ ਸਟੇਟ ਨੂੰ ਕਲਚਰ ਐਥਨਿਸਿਟੀ ਤੇ ਜੋਗ੍ਰਾਫੀ ਦੇ ਬੇਸਿਸ ਤੇ ਬਣਾਇਆ ਗਿਆ ਸੀ ਲੈਂਗੁਏਜ ਮਤਲਬ ਲਿੰਗੁਇਸਟਿਕ ਨਹੀਂ ਫੋਰ ਐਗਜ਼ਾਮਪਲ ਆਪਣੇ ਕੋਲ ਫੋਰ ਐਗਜ਼ਾਮਪਲ ਆਪਣੇ ਕੋਲ ਆਂਧਰਾ ਦੀ ਸਟੇਟ ਆਂਦੀ ਹੈ ਇਹਨੂੰ ਲੈਂਗੁਏਜ ਦੇ ਬੇਸਿਸ ਤੇ ਬਣਾਇਆ ਗਿਆ ਸੀ ਹੈਨਾ ਕਿਹੜੀ ਲੈਂਗੁਏਜ ਤੇਲਗੂ ਲੈਂਗੁਏਜ ਦੇ ਬੇਸਿਸ ਤੇ ਇਨਾਂ ਵਿੱਚੋਂ ethnicities ਦੇ ਬੇਸਿਸ ਦੇ ਉੱਤੇ ਕਿਹੜੀ ਲੈਂਗੁਏਜ ਨੂੰ ਬਣਾਇਆ ਗਿਆ ਹੈ ਕਲਚਰ ਜੀਓਗ੍ਰਾਫੀ ਆਨਸਰ ਹੈ ਡੀ ਇਹ ਸਾਰੀਆਂ ਲੈਂਗੁਏਜ ਦੇ ਬੇਸਿਸ ਤੇ ਨਹੀਂ ਬਨੀਆਂ ਹੋਈਆਂ ਜੀ ethnicities ਜੀਓਗ੍ਰਾਫੀ ਦੇ ਬੇਸਿਸ ਦੇ ਉੱਤੇ ਬਨੀਆਂ ਹੋਈਆਂ ਹਨ ਅਗਲਾ ਸਵਾਲ ਆਪਣੇ ਕੋਲ ਆ ਰਿਹਾ ਹੈ ਵਿਚ ਅਮੰਗ ਦ ਫੋਲੋਇੰਗ ਆਰ ਦਾ ਮੇਜਰ ਆਬਜੈਕਟਿਵਸ ਆਫ अर्ਲੀ ਕਾਂਗਰਸ अर्ਲੀ ਕਾਂਗਰਸ ਦੇ ਮੇਜਰ ਆਬਜੈਕਟਿਵਸ ਕਿਹੜੇ-ਕਿਹੜੇ ਰਹੇ ਹਨ ਠੀਕ ਹੈ অপਸ਼ਨਸ ਦੇਖੋ ਆਪਣੇ ਕੋਲ ਕੀ ਆ ਰਹੇ ਨੇ ਵੀ ਹੈਵ ਦਾ অপਸ਼ਨ ਟੂ ਐਜੂਕੇਟ ਐਂਡ ਮੋਬਾਈਲਾਈਜ਼ ਪੀਪਲ ਔਨ ਆਲ ਇੰਡੀਆ ਬੇਸਿਸ ਐਂਟੀ ਕਲੋਨੀਅਲ ਨੈਸ਼ਨਲਿਸਟ ਆਈਡੀਓਲੋਜੀ ਜਿਹੜੀ ਉਹਨੂੰ ਪ੍ਰੋਪੋਗੇਟ ਕਰਨਾ ਸੋਸ਼ਲ ਰਿਫਾਰਮਸ ਲੈ ਕੇ ਆਨੇ ਟੂ ਸਟ੍ਰਾਈਵ ਫॉर ਇੰਟਰਨਲ ਇੰਟਰਨਲਾਈਜੇਸ਼ਨ ਐਂਡ ਇੰਡੀਜੀਨਸ ਇੰਡੀਜਨਾਈਜੇਸ਼ਨ ਆਫ ਪੋਲਿਟੀਕਲ ਡੈਮੋਕ੍ਰੇਸੀ ਇਹਨਾਂ ਵਿੱਚੋਂ ਕਿਹੜਾ ਮੇਜਰ ਆਬਜੈਕਟਿਵ ਰਿਹਾ ਹੈ ਇੰਡੀਅਨ ਕਾਂਗਰਸ ਦਾ ਜਦੋਂ ਉਹਨੂੰ ਇਸਟੈਬਲਿਸ਼ ਕੀਤਾ ਗਿਆ ਸੀ ਡੈਫੀਨਿਟਲੀ 1 2 ਐਂਡ 4 ਸੋਸ਼ਲ ਰਿਫਾਰਮਸ ਇੰਡੀਅਨ ਕਨਸਟੀਟਿਊਸ਼ਨ ਦੇ ਦੁਆਰਾ ਇੰਡੀਅਨ ਕਾਂਗਰਸ ਦਾ अर्ਲੀ ਆਬਜੈਕਟਿਵ ਨਹੀਂ ਸੀ ਓਕੇ ਨਾਨ ਕੋਆਪਰੇਸ਼ਨ ਦਾ ਹਿੱਸਾ ਕੀ ਸੀਗਾ ਬாய்ਕਾਟ ਕਰਨਾ ਇਲੈਕਸ਼ਨਸ ਨੂੰ ਗਵਰਨਮੈਂਟ ਆਫ ਇੰਡੀਆ 1919 ਦੇ ਅੰਡਰ ਬாய்ਕਾਟ ਕਰਨਾ ਗਵਰਨਮੈਂਟ ਸਕੂਲਸ ਐਂਡ ਕਾਲਜਸ ਨੂੰ ਵਾਇਲੇਟ ਕਰਨਾ ਐਂਡ ਬ੍ਰੇਕ ਕਰਨਾ ਸਿਵਲ ਲਾਜ਼ ਨੂੰ ਬாய்ਕਾਟ ਕਰਨਾ ਫੋਰਨ ਗੁੱਡਸ ਨੂੰ ਸਰੈਂਡਰ ਕਰਨਾ ਟਾਈਟਲਸ ਐਂਡ ਆਨਰਰੀ ਆਫਿਸਰਸ ਠੀਕ ਹੈ ਸੋ ਗੋ ਆਨ ਬੜਾ ਸਿੰਪਲ ਕੁਐਸਚਨ ਹੈ ਗੋ ਆਨ ਨਾਟ ਸੋਸ਼ਲ ਸਿਵਲ ਲਾਜ਼ ਦੀ ਗੱਲ ਜਿਹੜੀ ਹੈ ਜੀ ਵਾਇਲੇਸ਼ਨ ਆਫ ਸਿਵਲ ਲਾਜ਼ ਜਿਹੜਾ ਹੈ ਉਹ ਨਹੀਂ ਸਜੈਸਟ ਕੀਤਾ ਗਿਆ ਸੀ ਨਾ ਤਾਂ ਨੋਨ ਕੋਆਪਰੇਸ਼ਨ ਦੇ ਅੰਦਰ ਨਾ ਸਿਵਲ ਡਿਸਓਬਿਡੀਅੰਸ ਮੂਵਮੈਂਟ ਦੇ ਅੰਦਰ ਸੋ 3 ਨੂੰ ਛੱਡ ਕੇ ਬਾਕੀ ਸਾਰੇ 1 ਆਪਣੇ ਕੋਲ 2 ਹੈ ਬੋਇਕਾਟ ਕਰਨਾ ਗਵਰਨਮੈਂਟ ਦੇ ਸਕੂਲਸ ਐਂਡ ਆਫਿਸਰਸ ਨੂੰ ਫੋਰਨ ਗੁੱਡਸ ਜਿਹੜੇ ਹੈ ਉਹਨਾਂ ਨੂੰ ਬੋਇਕਾਟ ਕਰਨਾ ਐਂਡ ਟਾਈਟਲਸ ਐਂਡ ਅਨਰੀਡਿਅਰ ਆਫਿਸਰਸ ਜਿਹੜੇ ਹੈ ਉਹਨਾਂ ਨੂੰ ਸਰੈਂਡਰ ਕਰਨਾ ਠੀਕ ਹੈ ਆਈ ਹੋਪ ਦ ਸੈਸ਼ਨ ਵਾਸ ਫਰੂਟਫੁਲ ਫॉर ਯੂ ਆਪਾਂ ਹੁਣ ਮਿਲਾਂਗੇ ਜੀ 630 630 ਵਾਲੀ ਕਲਾਸ ਦੇ ਵਿੱਚ ਆਪਾਂ ਜਿਹੜਾ ਹੈ ਆ ਵੀਕਲੀ ਕਰੰਟ ਅਫੇਅਰਸ ਹਫਤੇ ਦੇ ਜਿਹੜੇ ਰਹੇ ਹੈ ਉਹ ਸਾਰੇ ਐਮਸੀਕਿਊ ਫਾਰਮੈਟ ਦੇ ਵਿੱਚ ਕਰਾਂਗੇ ਮੇਕ ਸ਼ੋਰ ਟੂ ਬੀ ਇਨ ਦ ਕਲਾਸ ਠੀਕ ਹੈ ਸੋ ਥੈਟ ਤੁਸੀਂ ਸਾਰੇ ਜਾਨੇ ਜਿਹੜੇ ਹੈ ਫਾਇਦਾ ਲੈ ਸਕੋ ਐਂਡ ਡੋਨਟ ਫੋਰਗੇਟ ਟੂ ਗਿਵ ਦ ਫੀਡਬੈਕ ਐਸ ਵੈਲ ਐਂਡ ਤਾਰੇ ਦੇ ਕੇ ਸੈਸ਼ਨ ਨੂੰ ਰੇਟ ਕਰਨਾ ਨਹੀਂ ਭੁੱਲਣਾ ਰਾਈਟ ਸੋ ਸੀ ਯੂ ਆਲ Keep studying with Launchpad Education Punjab.